ਸਤਿ ਸ਼੍ਰੀ ਅਕਾਲ, ਸਵਾਗਤ ਹੈ ਮੁੱਦੇ ਕੀ ਬਾਤ। ਦੇਖ ਰਹੇ ਹੋ ਤੁਸੀਂ, ਮੈਂ ਗੁਰਪ੍ਰੀਤ ਸਿੰਘ। ਕਰੀਬ 71 ਸਾਲ ਹੋਣ ਨੂੰ ਆਏ ਨੇ ਮੁਲਕ ਦੀ ਵੰਡ ਨੂੰ। 71 ਸਾਲ 'ਚ 4 ਕਿਲੋਮੀਟਰ ਦਾ ਉਹ ਰਸਤਾ ਤੈਅ ਨਹੀਂ ਹੋ ਸਕਿਆ ਜੋ ਸਿੱਖ ਧਰਮ ਦੇ ਲਈ ਕਿਸੇ ਮੱਕੇ ਜਾਂ ਕਾਬੇ ਤੋਂ ਘੱਟ ਨਹੀਂ ਕਿਹਾ ਜਾਂਦਾ। ਉਹ ਥਾਂ ਜਿੱਥੇ ਗੁਰੂ ਨਾਨਕ ਦੇਵ ਜੀ 1522 'ਚ ਪਹੁੰਚੇ, ਫਿਰ 17 ਸਾਲ 5 ਮਹੀਨੇ ਅਤੇ 9 ਦਿਨ ਉੱਥੇ ਹੀ ਉਹਨਾਂ ਨੇ ਖੇਤੀ ਕੀਤੀ। ਇੱਥੇ ਹੀ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਗੁਰਤਾ ਗੱਦੀ ਆ ਉਹਨਾਂ ਨੂੰ ਬਖਸ਼ੀ ਗਈ। ਗੁਰੂ ਨਾਨਕ ਦੇਵ ਜੀ ਦੀਆਂ 3 ਥਾਵਾਂ ਇੱਥੇ ਸਥਿਤ ਨੇ। ਮੁਸਲਿਮ ਭਾਈਚਾਰੇ ਨੇ ਇੱਥੇ ਕਬਰ ਬਣਾਈ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ। ਸਿੱਖ ਅਤੇ ਹਿੰਦੂ ਭਾਈਚਾਰੇ ਨੇ ਆਪੋ ਆਪਣੀਆਂ ਥਾਵਾਂ ਬਣਾਈਆਂ, ਮੜੀਆਂ ਬਣਾਈਆਂ। ਇਹ ਸੰਕੇਤ ਦਿੰਦਾ ਹੈ ਕਿ ਮਨੁੱਖਤਾ ਇੱਥੇ ਇੱਕ ਸੂਤਰ ਹੋ ਸਕਦੀ ਹੈ, ਪਰ ਮਨੁੱਖਤਾ 'ਤੇ ਸਿਆਸਤ ਭਾਰੀ ਪੈ ਰਹੀ ਹੈ। 2019 ਦੀਆਂ ਚੋਣਾਂ ਨੇ ਅਕਾਲੀ ਦਲ ਜਾਂ ਭਾਜਪਾ ਨਹੀਂ ਚਾਹੁਣਗੇ ਕਿ ਕਾਂਗਰਸ ਇਹ ਪੁਆਇੰਟ ਸਕੋਰ ਕਰੇ। ਹਾਲਾਂਕਿ ਭਾਜਪਾ ਦੇ ਲਈ ਇਹ ਸਟੈਂਡ ਠੀਕ ਹੈ ਨੈਸ਼ਨਲਿਜ਼ਮ ਦੇ ਹਿਸਾਬ ਨਾਲ ਦੇਖਿਆ ਜਾਵੇ, ਪਰ ਅਕਾਲੀ ਦਲ ਲੋਕਾਂ ਦਾ ਗੁੱਸਾ ਹੀ ਮੁੱਲ ਲੈ ਰਿਹਾ ਹੈ। ਜੇ ਗੱਲ ਕ੍ਰੈਡਿਟ ਦੀ ਵੀ ਹੈ ਤਾਂ ਸਿੱਧੂ ਨੂੰ ਸਾਰਾ ਕ੍ਰੈਡਿਟ ਨਹੀਂ ਦਿੱਤਾ ਜਾ ਸਕਦਾ। ਨਵਜੋਤ ਸਿੰਘ ਸਿੱਧੂ ਬੇਸ਼ੱਕ ਕੋਸ਼ਿਸ਼ਾਂ ਕਰ ਰਹੇ ਨੇ, ਪਰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਜਾਰੀ ਨੇ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਚਾਰਾਜੋਈ ਦੀਆਂ ਕੋਸ਼ਿਸ਼ਾਂ ਦੇ ਦਰਮਿਆਨ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਸਿਰ ਪਾੜਨ 'ਚ ਮਸਰੂਫ ਨੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਮੁਲਾਕਾਤ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਖਫਾ ਨੇ। ਉਹਨਾਂ ਮੁਤਾਬਕ ਸਿੱਧੂ ਹੁਣ ਉਹਨਾਂ ਦੀ ਸਰਕਾਰ ਨੂੰ ਅਪੀਲਾਂ ਕਰਨ ਦੀ ਥਾਂ 'ਤੇ ਖੁਦ ਲਾਂਘਾ ਖੋਲ੍ਹਦੇ ਹਨ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਆਦਤ ਮੁਤਾਬਕ ਸਿੱਧੂ ਨੂੰ ਵੀ ISI ਦਾ ਏਜੰਟ ਕਰਾਰ ਦੇ ਦਿੱਤਾ ਹੈ। ਅਕਾਲੀ ਦਲ ਲਗਾਤਾਰ ਸਿੱਧੂ 'ਤੇ ਹਮਲਾਵਰ ਹੈ। ਉੱਧਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਕਾਲੀ ਦਲ ਰੰਗ 'ਚ ਭੰਗ ਨਾ ਪਾਵੇ। ਸਿੱਧੂ ਨੇ ਚੁਣੌਤੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੂੰ ਆਪਣੀ ਸਰਕਾਰ ਕਹਿਣ ਵਾਲੇ ਅਕਾਲੀ ਆਗੂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪ੍ਰਧਾਨ ਮੰਤਰੀ ਤੋਂ ਪਹਿਲ ਕਰਵਾ ਦੇਣ, ਬਾਕੀ ਦਾ ਕੰਮ ਹੋ ਜਾਵੇਗਾ। ਲੇਕਿਨ ਫਿਰ ਵੀ ਮੈਂ ਪਿੱਛੇ ਰਹਿਣ ਕੇ ਲਈ ਤਿਆਰ ਹਾਂ, ਔਰ ਮੈਂ ਕਹਿਤਾ ਹੂੰ ਸਰਦਾਰ ਸੁਖਬੀਰ ਸਿੰਘ ਬਾਦਲ ਆ ਗਿਆ, ਔਰ ਮੋਦੀ ਸਾਹਿਬ ਨੇ ਜਿਹਨਾਂ ਨੇ ਵਧਾਈ ਕੇ ਲਈ ਫੋਨ ਕੀਆ ਥਾ, ਉਨਸੇ 10 ਕਰੋੜ ਨਾਨਕ ਨਾਮ ਲੇਵਾ ਸ਼ਰਧਾਲੂਓ ਕੇ ਲੀਏ ਫੋਨ ਕਰਵਾ, ਲਾਂਘਾ ਖੁਲਵਾ, ਤੂੰ ਨਾ ਇਧਰ ਉਧਰ ਕੀ ਬਾਤ ਕਰ, ਬਤਾ ਕੇ ਲਾਂਘਾ ਕਿਉਂ ਨਹੀਂ ਖੁਲਾ, ਬਤਾ ਕੇ ਤੇਰਾ ਬਾਬਾ ਦੁੰਬੇ ਕਿਉਂ ਲੈ ਕੇ ਆਇਆ। ਪਹਿਲੇ ਤੋਂ ਕੱਲ੍ਹ ਸੁਸ਼ਮਾ ਸਵਰਾਜ ਜੀ ਨੇ ਕਲੀਅਰ ਕੀਆ ਕਿ ਹਮਾਰੇ ਪਾਸ ਕੋਈ ਲੈਟਰ ਨਹੀਂ ਆਈ, ਲੇਕਿਨ ਸਿੱਧੂ ਸਾਹਿਬ ਫਿਰ ਵੀ ਕਹਿ ਰਹੇ ਹੈ ਕਿ ਲੈਟਰ ਗਈ ਹੈ। ਆਜ ਪਾਕਿਸਤਾਨ ਕੀ ਐਕਸਟਰਨਲ ਅਫੇਅਰ ਮਿਨਿਸਟਰੀ ਕੇ ਸਪੋਕਸਮੈਨ ਮੁਹੰਮਦ ਫੈਜ਼ਲ ਸਾਹਿਬ ਨੇ ਯੇ ਕਹਿ ਦਿਆ ਕਿ ਹਮਨੇ ਕੋਈ ਵੀ ਲਿਖਤੀ ਤੌਰ ਪਰ ਹਿੰਦੁਸਤਾਨ ਕੀ ਗਵਰਨਮੈਂਟ ਕੋ ਲਿਖ ਕਰਕੇ ਨਹੀਂ ਭੇਜਾ। ਤੋ ਅਬ ਇਧਰ ਸੇ ਵੀ ਬਾਤ ਸਪਸ਼ਟ ਹੋ ਗਈ, ਉਧਰ ਸੇ ਵੀ ਬਾਤ ਸਪਸ਼ਟ ਹੋ ਗਈ ਕਿ ਸਿੱਧੂ ਸਾਹਿਬ ਨੇ ਝੂਠ ਬੋਲਿਆ, ਝੂਠ ਕੇ ਸਿਵਾਏ ਔਰ ਕੁਛ ਨਹੀਂ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਨੂੰ ਉਸ ਵੇਲੇ ਦਮ ਮਿਲਿਆ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਅੱਜ ਅਧਿਕਾਰਿਕ ਤੌਰ 'ਤੇ ਆਖਿਆ ਗਿਆ ਕਿ ਪਾਕਿਸਤਾਨ ਇਸ ਮੁੱਦੇ 'ਤੇ ਹਾਂ ਪੱਖੀ ਰਵੱਈਆ ਰੱਖਦਾ ਹੈ ਅਤੇ ਲਾਂਘਾ ਖੋਲ੍ਹਣ ਦੇ ਲਈ ਤਿਆਰ ਹੈ। ਉਹ ਫਾਰਮਲ ਕਮਿਊਨੀਕੇਸ਼ਨ ਇਸ ਮੌਜੂ 'ਤੇ ਅਭੀ ਤੱਕ ਨਹੀਂ ਹੋਈ ਹੈ। ਪਾਕਿਸਤਾਨ ਰਿਮੇਨਸ ਓਪਨ ਔਰ ਪੋਜ਼ਿਟਿਵ ਹੈ, ਮਗਰ ਇਹ ਇੱਕ ਫਾਰਮਲ ਕਮਿਊਨੀਕੇਸ਼ਨ ਅਭੀ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 550ਵੇਂ ਪ੍ਰਕਾਸ਼ ਦਿਹਾੜੇ ਸੰਬੰਧੀ ਅੱਜ ਇੱਕ ਹੋਰ ਚਿੱਠੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਅਤੇ ਉਹਨਾਂ ਦੀ ਅਗਵਾਈ ਵਾਲੀ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ। ਹਾਲਾਂਕਿ ਇਸ ਮਾਮਲੇ 'ਚ ਹੋ ਰਹੀ ਦੇਰੀ ਨੂੰ ਲੋਕ ਸਭਾ ਚੋਣਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ। ਅਕਾਲੀ ਦਲ ਨਹੀਂ ਚਾਹੁੰਦਾ ਕਿ ਇਸ ਦਾ ਸਿਹਰਾ ਸਿੱਧੂ ਜਾਂ ਕਾਂਗਰਸ ਦੇ ਸਿਰ ਵੱਜੇ ਅਤੇ ਸਿੱਖ ਵੋਟਰ ਦੀ ਹਮਦਰਦੀ ਉੱਧਰ ਜੁੜੇ। ਬਿਊਰੋ ਰਿਪੋਰਟ, ਜ਼ੀ ਮੀਡੀਆ। ਪਲੀਜ਼।
ਤੇ ਇਸੇ ਮੁੱਦੇ ਤੇ ਅੱਜ ਵਿਚਾਰ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਕੁਝ ਸਵਾਲ ਨੇ, ਉਹਨਾਂ ਤੇ ਇੱਕ ਵਾਰ ਨਜ਼ਰ ਮਾਰ ਲਈਏ ਫਿਰ ਅੱਗੇ ਵਧਦੇ ਹਾਂ। ਕੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਪਹਿਲ ਕੀਤੇ ਜਾਣ ਦੇ ਵਿੱਚ ਦੇਰੀ ਹੋ ਰਹੀ ਹੈ? ਕੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਲਈ ਪੰਜਾਬ ਸਰਕਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਣਾ ਚਾਹੀਦਾ ਹੈ, ਇੱਕ ਸਰਬ ਦਲੀ ਬੈਠਕ ਬੁਲਾਉਣੀ ਚਾਹੀਦੀ ਹੈ? ਜਾਂ ਫਿਰ ਬੜਾ ਅਹਿਮ ਸਵਾਲ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਕਾਰਨ ਪੰਜਾਬ 'ਚ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਸਿਆਸਤ ਹੋ ਰਹੀ? ਅਤੇ ਇਸੇ ਦੇ ਨਾਲ ਜੁੜਿਆ ਹੋਇਆ ਦਰਸ਼ਕਾਂ ਤੋਂ ਸਵਾਲ ਹੈ ਜਿਸ 'ਤੇ ਤੁਸੀਂ ਆਪਣੀ ਰਾਏ ਭੇਜ ਸਕਦੇ ਹੋ। ਕੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਲਈ ਪੰਜਾਬ ਸਰਕਾਰ ਨੂੰ ਸਰਬ ਦਲੀ ਬੈਠਕ ਬੁਲਾਉਣੀ ਚਾਹੀਦੀ ਹੈ? ਹਾਂ ਜਾਂ ਨਾ ਦੇ ਵਿੱਚ ਆਪਣੇ ਜਵਾਬ 57575 'ਤੇ SMS ਦੇ ਰਾਹੀਂ ਭੇਜ ਸਕਦੇ ਹੋ। ਹਾਂ ਦੇ ਲਈ ZPHH/Y, ਨਾਂ ਦੇ ਲਈ ZPHH/N। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਤੁਹਾਡੇ ਸਾਹਮਣੇ ਫਲੈਸ਼ ਹੋ ਰਹੇ ਨੇ। ਸੋ ਕੋਰੀਡੋਰ 'ਤੇ ਕਿਵੇਂ ਅੱਗੇ ਵਧਿਆ ਜਾ ਸਕਦਾ ਅੱਜ, ਕਿਉਂਕਿ ਪਾਕਿਸਤਾਨ ਦੇ ਐਕਸਟਰਨਲ ਅਫੇਅਰਸ ਮੰਤਰਾਲੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਉਸ ਤੋਂ ਬਾਅਦ ਉਮੀਦ ਥੋੜ੍ਹੀ ਹੋਰ ਮਜ਼ਬੂਤ ਹੋਈ ਹੈ। ਇਸੇ 'ਤੇ ਵਿਚਾਰ ਚਰਚਾ ਅੱਜ ਕਰਦੇ ਹਾਂ। ਕਈ ਖਾਸ ਮਹਿਮਾਨ ਇਸੇ ਮੁੱਦੇ 'ਤੇ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਮੌਜੂਦ ਰਹਿਣਗੇ। ਕਾਂਗਰਸ ਤੋਂ ਕੁਲਦੀਪ ਸਿੰਘ ਵੈਦ ਹੋਣਗੇ, ਵਿਧਾਇਕ ਨੇ ਗਿੱਲ ਕਲਾਂ ਤੋਂ। ਆਮ ਆਦਮੀ ਪਾਰਟੀ ਤੋਂ ਜਸਤੇਜ ਸਿੰਘ ਨੇ, ਭਾਰਤੀ ਜਨਤਾ ਪਾਰਟੀ ਤੋਂ ਅਨਿਲ ਸਰੀਨ, ਇਸ ਤੋਂ ਇਲਾਵਾ ਜਤਿੰਦਰ ਤ੍ਰਿਪਾਠੀ ਨੇ, ਐਕਸ ਡਿਪਲੋਮੈਟ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਗਿੱਲ ਸਾਹਿਬ, ਪਹਿਲਾ ਸਵਾਲ ਤੁਹਾਨੂੰ, ਇਹ ਜਿਹੜਾ ਹੁਣ ਤੁਹਾਡੇ ਵੱਲੋਂ ਮੰਗ ਬੜੀ ਜ਼ੋਰ ਸ਼ੋਰ ਦੇ ਨਾਲ ਕੀਤੀ ਜਾ ਰਹੀ ਹੈ ਕਿ ਇਹ 2019 ਨੂੰ, ਤੁਸੀਂ ਵੀ ਇਹ 2019 ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਭ ਕੁਛ ਇਹ ਮੰਗ ਇਸ ਮਜ਼ਬੂਤੀ ਦੇ ਨਾਲ ਹੁਣ ਚੁੱਕ ਰਹੇ ਹੋ, ਤਾਂ ਕਿ ਜੋ ਇੱਕ, ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਥਕ ਵੋਟ ਬੈਂਕ ਜਿਹੜਾ ਅਕਾਲੀ ਦਲ ਦਾ ਉਹ ਖਿਸਕ ਰਿਹਾ ਲਗਾਤਾਰ, ਅਤੇ ਇੱਕ ਆਹ ਵੀ ਜਿਹੜਾ ਕਦਮ ਹੈ ਇਹ ਸ਼ਾਇਦ ਹੋਰ ਜਿਹੜੀ ਪੰਥਕ ਸੈਂਟੀਮੈਂਟ ਹੈ ਉਹਨੂੰ ਹੋਰ ਤੁਹਾਡੇ ਵੱਲ ਹੁਲਾਰਾ ਦੇਵੇ। ਨਹੀਂ ਗੁਰਪ੍ਰੀਤ ਜੀ, ਇਹ ਇਲੈਕਸ਼ਨ ਸਟੰਟ ਨਹੀਂ ਹੈ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ 10 ਕਰੋੜ ਸਿੱਖਾਂ ਦਾ ਜਿਹੜਾ, ਜਿਹਨੂੰ ਸਾਰਾ ਪੰਜਾਬ ਕਹਿ ਲਓ, ਸਾਰਾ ਹਿੰਦੁਸਤਾਨ ਕਹਿ ਲਓ, ਜਿੰਨੇ ਵੀ ਸਾਡੇ ਪੰਜਾਬੀ ਵੀਰ ਪਰਿਵਾਰ ਬਾਹਰ ਵੱਸਦੇ ਨੇ, ਉਹਨਾਂ ਦੀ ਇਹ ਬਹੁਤ ਵੱਡੀ ਖਾਹਿਸ਼ ਹੈ ਕਿ ਇਹ ਲਾਂਘਾ ਖੁੱਲ੍ਹਣਾ ਚਾਹੀਦਾ। ਇਹਦੇ 'ਤੇ ਸਿਆਸਤ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ, ਬੜੀ ਮਾੜੀ ਗੱਲ ਹੈ। ਕ੍ਰੈਡਿਟ ਲੈਣਾ ਚਾਹੁੰਦੇ ਨੇ, ਜੇ ਇਹਨਾਂ ਨੇ ਕ੍ਰੈਡਿਟ ਹੀ ਲਾਉਣਾ ਸੀ, ਇਹਨਾਂ ਦੇ 10 ਸਾਲ ਸਰਕਾਰ ਰਹੀ, ਉਦੋਂ ਇਹਨਾਂ ਨੇ ਕਿਉਂ ਕੋਸ਼ਿਸ਼ ਨਹੀਂ ਕੀਤੀ? ਅੱਜ ਮਿਸਿਸ ਹਰਸਿਮਰਤ ਕੌਰ ਬਾਦਲ ਭੈਣ ਜੀ ਇਹ ਕਲੇਮ ਕਰਦੇ ਨੇ, ਇਹਨਾਂ ਨੇ ਪਹਿਲਾਂ ਕਦੇ ਨਹੀਂ ਇਹ ਕੰਮ ਕੀਤਾ, ਪਹਿਲਾਂ ਕਦੇ ਇਹ ਹੋਮ ਮਿਨਿਸਟਰ ਨੂੰ ਨਹੀਂ ਮਿਲੇ, ਕਦੇ ਇਹ ਪਹਿਲਾਂ ਸੁਸ਼ਮਾ ਸਵਰਾਜ ਨੂੰ ਨਹੀਂ ਮਿਲੇ, ਕਦੇ ਇਹਨਾਂ ਨੇ ਮੋਦੀ ਸਾਹਿਬ ਨਾਲ ਇਹ ਟੇਕਅਪ ਨਹੀਂ ਕੀਤਾ। ਕਿਉਂਕਿ ਅੱਜ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਸਰਦਾਰ ਨਵਜੋਤ ਸਿੰਘ ਸਿੱਧੂ ਨੇ ਇਹ ਰਿਲੀਜੀਅਸ ਮਸਲਾ ਚੱਕਿਆ, ਇਹ ਸਾਡੇ ਸੈਂਟੀਮੈਂਟਸ ਨਾਲ ਜੁੜਿਆ ਹੋਇਆ, ਇਹਦੇ ਨਾਲ ਕੋਈ ਸਿਆਸਤ ਕਰਨ ਦੀ ਜ਼ਰੂਰਤ ਨਹੀਂ। ਨਹੀਂ ਪਰ ਤੁਸੀਂ ਇਸ ਮੁੱਦੇ ਨੂੰ ਲੈ ਕੇ ਸਿਆਸਤ ਤੁਹਾਡੇ ਵੱਲੋਂ ਸ਼ੁਰੂ ਹੋ ਰਹੀ ਹੈ ਸਰ, ਅਕਾਲੀ ਦਲ ਤਾਂ ਇਹੀ ਕਹਿ ਰਿਹਾ ਹੈ ਕਿ ਤੁਸੀਂ ਸਿਆਸਤ ਕਰ ਰਹੇ ਹੋ, ਕਿਉਂਕਿ ਸਿਆਸਤ ਪ੍ਰੈਕਟੀਕਲੀ ਬਹੁਤ ਸਾਰੀਆਂ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਨਹੀਂ ਸਰ, ਸ਼੍ਰੋਮਣੀ ਅਕਾਲੀ ਦਲ ਇਹਦਾ ਵੈਲਕਮ ਕਿਉਂ ਨਹੀਂ ਕਰਦਾ? ਸ਼੍ਰੋਮਣੀ ਅਕਾਲੀ ਦਾ ਵੈਲਕਮ ਕਰੇ ਕਿ ਇੱਕ ਬੜਾ ਵਧੀਆ ਜੀ, ਬਹੁਤ ਹੀ ਜਿਹੜਾ ਇਮਾਨਦਾਰੀ ਨਾਲ ਇਹ ਕਦਮ ਚੁੱਕਿਆ ਗਿਆ,
ਇਹਦੀ ਸ਼ਲਾਘਾ ਕਰਨੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ, ਭਾਰਤੀ ਜਨਤਾ ਪਾਰਟੀ ਦੇ ਸਰਕਾਰ ਸਮੂਹ ਦੇ ਵਿੱਚ ਰੋੜੇ ਅੜਾਉਂਦੀ ਹੈ, ਅੜਿੱਕੜ ਆਉਂਦੀ ਹੈ। ਵੈਦ ਸਾਹਿਬ, 2010 ਦੇ ਵਿੱਚ ਅਮਰੀਕਾ ਦੀ ਇੱਕ ਕੂਟਨੀਤਿਕ ਸੰਸਥਾ ਹੈ, ਉਸਨੇ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਰਾਜਦੂਤ ਨੇ ਅਮਰੀਕਾ 'ਚ, ਉਹਨਾਂ ਨੂੰ ਇੱਕ ਰਿਪੋਰਟ ਦਿੱਤੀ ਸੀ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਉਣ ਦੇ ਲਈ ਪੂਰਾ ਐਸਟੀਮੇਟ ਬਣਾ ਕੇ ਖਰਚਿਆਂ ਸਮੇਤ। ਉਸ ਵਕਤ ਤੁਹਾਡੀ ਸਰਕਾਰ ਸੀ, ਜੇ ਇੰਨੀ ਇਮਾਨਦਾਰੀ ਸੀ ਜਾਂ ਇੰਨੀ ਵਚਨਬੱਧਤਾ ਤੁਸੀਂ ਜਿੰਨੀ ਹੁਣ ਦਿਖਾ ਰਹੇ ਹੋ ਇਸ ਚੀਜ਼ ਨੂੰ ਲੈ ਕੇ, ਜੇ 2010 ਦੇ ਵਿੱਚ ਫਿਰ ਕਿਉਂ ਨਾ ਦਿਖਾਈ ਸਰ? ਉਸ ਟਾਈਮ 'ਤੇ ਤਾਂ ਸਰਕਾਰ ਤੁਹਾਡੀ 'ਚ ਖੁੱਲ ਜਾਣਾ ਸੀ। ਨਹੀਂ, ਸਰਕਾਰ ਬੇਸ਼ੱਕ ਸਾਡੀ ਸੀ ਸੈਂਟਰ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਸੀ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਦੇ ਵੀ ਕੋਈ ਐਫਰਟਸ ਨਹੀਂ ਪੁੱਟ ਕੀਤੀਆਂ ਗਈਆਂ, ਬਿਲਕੁਲ ਨਹੀਂ ਇਹੋ ਜਿਹਾ ਕੋਈ ਸਟੈਪ ਚੁੱਕਿਆ ਗਿਆ। ਇਹਨਾਂ ਨੂੰ ਚਾਹੀਦਾ ਸੀ ਉਦੋਂ ਮੁੱਦਾ ਉਠਾਉਂਦੇ। ਚਲੋ ਠੀਕ ਹੈ ਜੀ, ਅਨਿਲ ਸਰੀਨ, ਭਾਰਤੀ ਜਨਤਾ ਪਾਰਟੀ ਤੋਂ। ਇਹ ਹਮੇਸ਼ਾ ਹੀ ਜਿਹੜੀ ਸਿੱਖਾਂ ਦੀ ਮੰਗ ਹੈ, ਇਹ ਸਿੱਖਾਂ ਦੀ ਮੰਗ ਰਹੀ ਹੈ। ਠੀਕ ਹੈ, ਅਨਿਲ ਸਰੀਨ, ਭਾਰਤੀ ਜਨਤਾ ਪਾਰਟੀ ਤੋਂ। ਸਰੀਨ ਸਾਹਿਬ, ਸਵਾਗਤ ਹੈ ਤੁਹਾਡਾ ਵੀ। ਸਵਾਲ ਤੁਹਾਡੇ ਤੋਂ ਵੀ ਇਹੀ ਕਿ ਕੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਦੇ ਵਿੱਚ ਅੜਿੱਕਾ ਡਾ ਰਹੀ ਹੈ ਅਕਾਲੀ ਦਲ ਦੇ ਕਹਿਣ ਤੇ? ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਵੈਦ ਸਾਹਿਬ ਖੁਦ ਡਿਪਟੀ ਕਮਿਸ਼ਨਰ ਰਹੇ ਨੇ, ਬਿਊਰੋਕਰੇਟ ਨੇ, ਔਰ ਇਹ ਸਾਰੇ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਔਰ ਉਹਦੇ ਬਾਵਜੂਦ ਉਹਨਾਂ ਦਾ ਰਾਜਨੀਤੀ ਦਾ ਚੋਲਾ ਅਪਣਾਇਆ, ਰਾਜਨੀਤੀ ਦੀਆਂ ਗੱਲਾਂ ਕਰਨ ਲੱਗ ਪਏ ਨੇ। ਤੁਸੀਂ ਬੜੀ ਵਾਜਿਬ ਗੱਲ ਕੀਤੀ ਕਿ 2010 ਦੇ ਵਿੱਚ ਜਦੋਂ ਕੇਂਦਰ ਦੀ ਸਰਕਾਰ ਸੀਗੀ ਉਦੋਂ ਕਾਂਗਰਸ ਕਿੱਥੇ ਸੀਗੀ? ਪਹਿਲੀ ਗੱਲ ਤਾਂ ਨਵਜੋਤ ਸਿੰਘ ਸਿੱਧੂ ਦਾ ਇਹ ਕਹਿਣਾ ਕਿ ਜੀ ਬਾਜਵਾ ਨੇ ਕਹਿਤਾ, ਐਕਚੁਅਲ ਤਾਂ ਜਿਹੜੀ ਬਾਜਵਾ ਜਿਹੜੇ ਪਾਕਿਸਤਾਨੀ ਆਰਮੀ ਚੀਫ ਦੇ ਨਾਲ ਉਹਨਾਂ ਨੇ ਜੱਫੀ ਪਾਈ ਸੀ, ਔਰ ਉਹਦਾ ਜਿਹੜਾ ਹਿੰਦੁਸਤਾਨ ਦੇ ਵਿੱਚ ਰਿਐਕਸ਼ਨ ਹੋਇਆ ਸੀਗਾ ਉਸ ਨੂੰ ਨਿਊਟਰਲਾਈਜ਼ ਕਰਨ ਵਾਸਤੇ ਗੱਲ ਹੋਈ। ਅੱਜ ਸਰ ਉਹਨਾਂ ਦਾ ਬੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੀ ਪਾਕਿਸਤਾਨ ਦੀ ਸਿੱਧੂ ਸਾਹਿਬ ਨੇ ਇਹ ਕਿਹਾ ਸੀਗਾ ਰਾਜਨੀਤੀ ਕਰ ਰਹੇ ਇਨਸਾਨ ਹੈ ਆਪਣੀ ਗੱਲ ਰੱਖੋ, ਤੁਹਾਨੂੰ ਮੈਂ ਜਵਾਬ ਦਿਆਂਗਾ। ਅਨਿਲ ਜੀ, ਮੇਰਾ ਇਹ ਕਹਿਣਾ ਹੈ ਕਿ ਅੱਜ ਐਕਸਟਰਨਲ ਜੀ ਵਿੰਡੀਕੇਟ ਕਰਦੀ ਹੈ ਸਾਡੇ ਸਟੈਂਡ ਨੂੰ ਕਿ ਨਵਜੋਤ ਸਿੰਘ ਸਿੱਧੂ ਨੇ ਇਮੈਚਿਓਰਿਟੀ ਦੀ ਗੱਲ ਕੀਤੀ ਹੈ। ਹੁਣ ਆ ਗਈ ਗੱਲ ਕਿ ਹੁਣ ਤੱਕ ਕਿਉਂ,
ਅੱਜ ਇਹ ਕਹਿੰਦੇ ਪਏ ਨੇ ਸੈਂਟਰ ਕਰੇ, ਅਸੀਂ ਪੰਜਾਬ ਸਰਕਾਰ ਡਿਮਾਂਡ ਕਰਦੇ ਹਾਂ, ਇਹ ਕਰਦੇ ਹਾਂ। 1974 ਦੇ ਵਿੱਚ ਐਗਰੀਮੈਂਟ ਹੋਇਆ ਸੀਗਾ ਰਿਲੀਜੀਅਸ ਪਲੇਸਿਸ ਦੇ ਇੱਕ ਦੂਸਰੇ ਦੇਸ਼ਾਂ ਦੇ ਵਿੱਚ ਜਾਣ ਦਾ। 74 ਤੋਂ ਲੱਗ ਕੇ ਅੱਜ 44 ਸਾਲ ਹੋ ਗਏ, ਕਿੰਨੇ ਸਾਲ ਕਾਂਗਰਸ ਦਾ ਰਾਜ ਰਿਹਾ, ਇੱਕ ਵਾਰੀ ਵੀ ਇਨੀਸ਼ੀਏਟਿਵ ਲਿੱਤਾ ਤੇ ਦੱਸ ਦੇਣ ਵੈਦ ਸਾਹਿਬ ਨਹੀਂ। ਉਹ ਵੈਦ ਸਾਹਿਬ ਨੂੰ ਮੈਂ ਕਰਦਾ ਇੱਕ ਮਿੰਟ ਗੱਲ, ਵੈਦ ਸਾਹਿਬ ਦੇ ਨਾਲ ਇਨੀਸ਼ੀਏਟਿਵ ਨਹੀਂ ਲਿੱਤਾ ਜਿਹੜਾ, ਹਾਂ ਵੈਦ ਸਾਹਿਬ ਦੇ ਨਾਲ ਕਰਦੇ ਹਾਂ ਗੱਲ, ਪਰ ਸਵਾਲ ਇਹ ਹੈ ਸਰ, ਹਰ ਗੱਲ ਦਾ ਮੈਂ ਜਵਾਬ ਦੇਵਾਂਗਾ, ਖੇਡਣਾ ਚਾਹੁੰਦੇ ਠੀਕ ਹੈ। ਔਰ ਜਦੋਂ ਜਦੋਂ ਇਹ ਰਾਜ ਆਇਆ, ਜਦੋਂ ਜਦੋਂ ਕਾਂਗਰਸ ਦਾ ਰਾਜ ਆਇਆ, ਉਦੋਂ ਉਦੋਂ ਇਹਨਾਂ ਨੇ ਸਿੱਖ ਸੈਂਟੀਮੈਂਟਸ ਨਾਲ ਖੇਡ ਕੇ ਪੰਜਾਬ ਦੇ ਹਾਲਾਤ ਨੂੰ ਖਰਾਬ ਕੀਤਾ। ਬੀਜੇਪੀ ਦਾ ਜਿੱਥੇ ਸਟੈਂਡ ਹੈਗਾ, ਬੀਜੇਪੀ ਹਮੇਸ਼ਾ ਇਹ ਚਾਹੁੰਦੀ ਹੈ, ਇਹ ਮਾਹੌਲ ਵਿੱਚ 50 ਇੰਚ ਦੀ ਛਾਤੀ ਵਾਲਾ ਖਰਾਬ ਕਰਦਾ ਹੈ, ਇਹ ਮਾਹੌਲ ਵਿੱਚ 50 ਇੰਚ ਦੀ ਛਾਤੀ ਕਰਦੇ ਆ। ਚਲੋ ਠੀਕ ਹੈ ਸਰ, 50 ਇੰਚ ਦੀ ਛਾਤੀ ਹੈਗੀ ਹੈ ਤੇ ਕਹਿੰਦੇ ਆ ਠੀਕ ਹੈ, ਤੁਹਾਡੇ ਵਾਂਗਰ ਝੂਠ ਨਹੀਂ ਬੋਲਦੇ ਠੀਕ ਹੈ, ਤੁਸੀਂ ਤੇ ਹਰ ਗੱਲ ਤੇ ਝੂਠ ਬੋਲਦੇ ਹੋ ਠੀਕ ਹੈ। ਵੈਦ ਸਾਹਿਬ ਉਹ ਜਿਹੜੀ ਤੁਸੀਂ ਗੱਲ ਕਰ, ਵੈਦ ਸਾਹਿਬ ਦੋਵੇਂ ਪਾਸਿਓਂ ਨਾ ਐਕਚੁਅਲੀ ਹੋ ਕੀ ਰਿਹਾ ਹੈ ਕਿ ਦੋਵੇਂ ਪਾਸਿਓਂ ਪੋਲਿਟਿਕਸ ਜ਼ਿਆਦਾ ਹੋ ਰਹੀ ਹੈ। ਹੁਣ ਸਰੀਨ ਸਾਹਿਬ ਵੀ ਉਸ ਗੱਲ ਤੇ ਨਹੀਂ ਆ ਰਹੇ ਗੇ, ਸਰੀਨ ਸਾਹਿਬ ਵੀ ਉਸ ਗੱਲ ਤੇ ਨਹੀਂ ਆ ਰਹੇ। ਸਰੀਨ ਸਾਹਿਬ ਜੇ ਐਕਸਟਰਨਲ ਅਫੇਅਰਸ ਮਿਨਿਸਟਰੀ ਪਾਕਿਸਤਾਨ ਦੀ ਸਟੇਟਮੈਂਟ ਦੀ ਗੱਲ ਕਰਨੀ ਹੈ ਤਾਂ ਸਟੇਟਮੈਂਟ ਇਹ ਹੈ ਕਿ ਰਸਮੀ ਤੌਰ ਤੇ ਕੋਈ ਗੱਲ ਹਲੇ ਨਹੀਂ ਹੋਈ, ਔਰ ਉਹਦੇ 'ਚ ਸੱਚਾਈ ਹੈ, ਕੋਈ ਨਹੀਂ ਹੋਈ। ਪਰ ਪਾਕਿਸਤਾਨ ਨੇ ਇਹ ਕਿਹਾ ਹੈ ਕਿ ਅਸੀਂ ਲਾਂਘਾ ਖੋਲ੍ਹਣ ਦੇ ਲਈ ਵਿਚਾਰ ਕਰ ਸਕਦੇ ਹਾਂ, ਸਾਡਾ ਹਾਂ ਪੱਖੀ ਰਵੱਈਆ, ਇਸ ਤੋਂ ਜ਼ਿਆਦਾ ਉਹ ਕੀ ਕਹਿ ਦੇਣ। ਪਰ ਸਾਨੂੰ ਰਿਕੁਐਸਟ ਤਾਂ, ਕਿਉਂਕਿ ਉਹਨਾਂ ਦੀ ਜ਼ਮੀਨ 'ਤੇ ਰਿਕੁਐਸਟ ਤਾਂ ਸਾਨੂੰ ਹੀ ਕਰਨੀ ਪਊਗੀ ਨਾ। ਹੁਣ ਜੇ ਆਪਾਂ ਆਖੀਏ ਕਿ ਜ਼ਮੀਨ ਵੀ ਉਹਨਾਂ ਦੀ ਹੈ, ਰਿਕੁਐਸਟ ਵੀ ਉਹ ਕਰਨ ਤਾਂ ਇਹ ਪੋਸੀਬਲ ਨਹੀਂ ਹੈਗਾ ਸਰ, ਉਸ ਇਸ਼ੂ ਦੇ ਉੱਤੇ। ਔਰ ਰਹੀ ਗੱਲ ਵੈਦ ਸਾਹਿਬ ਜਿਹੜੀ ਕਹਿ ਰਹੇ ਆ ਕਿ 2010 ਦੇ ਵਿੱਚ ਜੋ ਵੀ ਡਿਪਲੋਮੈਟਿਕ ਸਿਸਟਮ ਹੈਗਾ ਉਹ ਗਵਰਨਮੈਂਟ ਠੀਕ ਹੈ, ਵੈਦ ਸਾਹਿਬ ਜਿਹੜੀ ਕਹਿ ਰਹੇ ਕਿ 2010 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਇਨੀਸ਼ੀਏਟਿਵ ਨਹੀਂ ਲਿਆ ਗਿਆ। ਵੈਦ ਸਾਹਿਬ 2010 ਦੇ ਵਿੱਚ ਵਿਧਾਨ ਸਭਾ 'ਚ ਮਤਾ ਪਾਸ ਹੋਇਆ, ਹੁਣ ਤੱਕ ਦੋ ਮਤੇ ਪਾਸ ਹੋਏ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ, ਇੱਕ ਮੌਜੂਦਾ ਸਰਕਾਰ ਨੇ 2010 'ਚ ਪਾਸ ਹੋਇਆ ਸੀ। ਇਹੀ ਨਹੀਂ ਪਤਾ ਕਿ ਸੈਂਟਰ ਗਵਰਨਮੈਂਟ ਦਾ ਕੰਮ ਹੁੰਦਾ ਕਿ ਸਟੇਟ ਗਵਰਨਮੈਂਟ ਦਾ ਹੁੰਦਾ। ਸਰੀਨ ਸਾਹਿਬ ਸਾਰਿਆਂ ਨੂੰ ਪਤਾ ਹੈ ਕਿਹੋ ਜਿਹਾ ਕਿਹਨੇ ਕੀ ਕੰਮ ਕਰਨਾ, ਕਿਹੜੀ ਸਰਕਾਰ ਨੇ ਕੀ ਕੰਮ ਕਰਨਾ, ਜਿੰਨੇ ਵੀ ਇੱਥੇ ਬੰਦੇ ਬੈਠੇ ਸਾਰਿਆਂ ਨੂੰ ਪਤਾ ਹੈ। ਚਲੋ ਠੀਕ ਹੈ, ਜਸਤੇਜ ਸਿੰਘ ਜੀ, ਜਸਤੇਜ ਸਿੰਘ ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਦੀ ਜੇ ਗੱਲ ਕੀਤੀ ਜਾਵੇ, ਹਾਲਾਂਕਿ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਵਿੱਚ ਕਲੀਅਰ ਕੱਟ ਕੋਈ ਰੋਲ ਨਹੀਂ ਹੈ, ਪਰ ਫਿਰ ਵੀ ਵਿਰੋਧੀ ਧਿਰ ਹੋਣ ਦੇ ਨਾਤੇ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਇਹਨਾਂ ਦੋਵਾਂ ਧਿਰਾਂ ਦੇ ਵੱਲੋਂ, ਕਾਂਗਰਸ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਇਸ ਮਾਮਲੇ 'ਤੇ ਸਿਆਸਤ ਹੋ ਰਹੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ 'ਤੇ ਕਿਸੇ ਸਾਰਥਕਤਾ ਦੇ ਨਾਲ ਗੱਲ ਹੋ ਰਹੀ ਹੈ? ਹੁਣ ਪ੍ਰੋਬਲਮ ਕਿੱਥੇ ਹੈ? ਦੇਖੋ, ਜੇ ਆਪਾਂ ਇੱਕ ਮਹੀਨੇ ਪਿੱਛੇ ਜਾਈਏ ਜਿੱਥੋਂ ਗੱਲ ਸਟਾਰਟ ਹੋਈ ਸੀ, ਜਦੋਂ ਨਵਜੋਤ ਸਿੱਧੂ ਗਏ ਸੀਗੇ ਉੱਥੇ ਅਤੇ ਉਹਨਾਂ ਨੇ ਬਾਜਵਾ ਨੂੰ ਜੋ ਵੀ ਗੱਲ ਵਕੜੀ ਪਾਈ ਅਤੇ ਉੱਥੋਂ ਬੀਜੇਪੀ ਨੇ ਮੁੱਦਾ ਬਣਾਤਾ ਸੀਗਾ ਇਸ ਚੀਜ਼ ਨੂੰ। ਹਾਲਾਂਕਿ ਇਹਦੇ 'ਚ ਕੋਈ ਦੋਰਾਏ ਨਹੀਂ ਕਿ ਮੋਦੀ ਜੀ ਵੀ ਜਾ ਕੇ ਜੱਪੀਆਂ ਪਾਉਂਦੇ ਰਹੇ ਹੈ, ਪਰ ਇੱਥੇ ਸਰੀਨ ਸਾਹਿਬ ਨੇ ਪੋਲੀਟੀਕਲ ਜੱਪੀ ਅਤੇ ਆਰਮੀ ਵਾਲੀ ਜੱਪੀ 'ਚ ਫਰਕ ਕਰਤਾ, ਜੋ ਇਹਨਾਂ ਦੀ ਜੋ ਬੀਜੇਪੀ ਦੀ ਸ਼ੁਰੂ ਤੋਂ ਆਦਤ ਹੈ ਕਿ ਆਪਣੇ ਮਾਪਦੰਡ ਇੰਟਰੋਡਿਊਸ ਕਰਨੇ, ਕਿਸ ਨੂੰ ਐਂਟੀ ਨੈਸ਼ਨਲ ਕਹਿ ਦੇਣਾ, ਕਿਸ ਨੂੰ ਅਰਬਨ ਨੈਕਸਲਾਈਟ ਕਹਿ ਦੇਣਾ ਜਾਂ ਕੁਛ ਵੀ, ਇਹ ਮਤਲਬ ਇਹਨਾਂ ਨੇ ਜੱਪੀਆਂ ਦੇ ਵਿੱਚ ਵੀ ਇਹਨਾਂ ਨੇ ਗਲਵਕੜੀ 'ਚ ਵੀ ਫਰਕ ਪਾਤਾ ਕਿ ਮੋਦੀ ਜੀ ਜੇ ਗਲਵਕੜੀ ਪਾਉਣਗੇ ਤਾਂ ਉਹ ਠੀਕ ਹੋਏਗੀ, ਜੇ ਕੋਈ ਹੋਰ ਪਾਏਗਾ ਉਹ ਗਲਤ ਹੋਏਗਾ, ਜੋ ਮੇਰੇ ਹਿਸਾਬ ਨਾਲ ਬਿਲਕੁਲ ਗਲਤ ਗੱਲ ਹੈ। ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ, ਉਸ ਵੇਲੇ ਮੈਂ ਅਖਬਾਰਾਂ ਪੜ੍ਹਦਾ ਹੁੰਦਾ ਸੀਗਾ ਕਿ ਝੁੰਡਾਂ ਦੇ, ਛੋਟੇ ਛੋਟੇ ਝੁੰਡਾਂ ਦੇ ਵਿੱਚ ਇਹਨਾਂ ਨੇ ਰੈਲੀਆਂ ਕੱਢਣੀਆਂ ਸ਼ੁਰੂ ਕਰਤੀਆਂ ਸੀਗੀਆਂ, ਅਦਰ ਦੈਨ ਪੰਜਾਬ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ,
ਜੋ ਕਿ ਇਹ ਸ਼ੋਅ ਕਰ ਰਿਹਾ ਸੀਗਾ ਕਿ ਬਈ ਮਤਲਬ ਇੱਕ ਦੁਸ਼ਮਣ ਦੇਸ਼ ਉਹਨੂੰ ਪਾਕਿਸਤਾਨ ਨੂੰ ਕਹਿ ਕੇ ਲੋਕਾਂ ਦੇ ਵਿੱਚ ਇੱਕ ਨਫ਼ਰਤ ਦੀ ਭਾਵਨਾ ਪੈਦਾ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਸੀ ਐਂਡ ਉਹਦੇ ਨਾਲ ਇੱਕ ਦੂਜਾ ਪਰਪਸ ਸੋਲਵ ਹੁੰਦਾ ਸੀਗਾ ਕਿ ਲੋਕਾਂ ਦਾ ਧਿਆਨ ਬਿਲਕੁਲ ਜਿਹੜੇ ਅਸਲੀ ਮੁੱਦੇ ਹੈ 2014 ਦੇ ਇਹਨਾਂ ਦੇ ਮੈਨੀਫੈਸਟੋ ਦੇ ਮੁੱਦੇ ਉਸ ਤੋਂ ਧਿਆਨ ਹਟ ਜਾਵੇ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਇਹਨਾਂ ਨੇ ਜੋ ਸ਼ੁਰੂਆਤ ਕੀਤੀ ਉਹ ਸ਼ਲਾਘਾਯੋਗ ਸੀਗੀ, ਇਹਨਾਂ ਨੇ ਜੱਪੀ ਦਾ ਮੁੱਦਾ ਬਣਾ ਲਿਆ। ਮੈਂ ਅੱਜ ਪੁੱਛਦਾ ਕਿ ਜੇ ਨਵਜੋਤ ਸਿੰਘ ਸਿੱਧੂ ਦਾ ਕਦਮ ਲਿਆ ਹੋਇਆ ਡਿਫੈਂਸ ਬਾਰਡਰ ਲਾਈਨ ਦੇ ਉੱਪਰ ਜਿਹੜੀਆਂ ਘਟਨਾਵਾਂ ਨੇ ਮਿਲੀਟੈਂਸੀ ਦੀਆਂ ਜਾਂ ਆਰਮੀ ਦੀ ਆਪਸ 'ਚ ਦੋਨੋਂ ਦੇਸ਼ਾਂ ਦੀ ਜੇ ਉਹ ਘਟਣਗੀਆਂ, ਜੇ ਉਹ ਘਟਦੀਆਂ ਇਸ ਕਦਮ ਕਰਕੇ, ਤਾਂ ਉਹਦਾ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੋਏਗਾ? ਉਹਦਾ ਸਭ ਤੋਂ ਵੱਡਾ ਫਾਇਦਾ ਉਸੇ ਜਵਾਨ ਨੂੰ ਹੋਣਾ ਜਿਹੜਾ ਗੋਲੀ ਖਾ ਕੇ ਸ਼ਹੀਦ ਹੋ ਰਿਹਾ। ਠੀਕ ਹੈ, ਉਹ ਗੱਲ ਕਿਸੇ ਨੇ ਨਹੀਂ ਦੇਖੀ। ਇਹ ਸੀਗਾ ਪੀਸ ਇਨੀਸ਼ੀਏਟਿਵ ਵਾਲੀ ਗੱਲ। ਹੁਣ ਆ ਜਾਈਏ ਆਪਾਂ ਕਿ ਰਾਜਨੀਤੀ ਦੇ ਉੱਪਰ। ਮੈਂ ਕਾਂਗਰਸ ਦੀ ਰਾਜਨੀਤੀ 'ਤੇ ਆਉਂਦਾ 2 ਮਿੰਟ, ਪਰ ਪਹਿਲਾਂ ਮੈਂ ਅਕਾਲੀ ਦਲ ਦੀ ਰਾਜਨੀਤੀ ਦੇਖੋ ਇੱਥੇ, ਕਿ ਇੱਥੇ ਇੱਕ ਹੋਂਦ ਸ਼ੁਰੂ ਹੋ ਗਈ ਕ੍ਰੈਡਿਟ ਵਾਰ। ਕ੍ਰੈਡਿਟ ਵਾਰ ਦੇ ਵਿੱਚ ਇਸ ਹੱਦ ਤੱਕ ਹੋ ਗਈ, ਅਕਾਲੀ ਦਲ ਨੇ ਇੱਕ ਚਿੱਠੀ ਲਿਖਤੀ ਬੀਬੀ ਹਰਸਿਮਰਤ ਬਾਦਲ ਨੇ, ਉਹਦੇ 'ਚ ਉਹਨਾਂ ਨੇ ਸਾਰਾ ਕ੍ਰੈਡਿਟ ਇਸ ਗੱਲ ਦੀ ਸ਼ੁਰੂਆਤ ਦਾ, ਸ਼੍ਰੀ ਕਰਤਾਰਪੁਰ ਲਾਂਘੇ ਦਾ ਸਾਰਾ ਕ੍ਰੈਡਿਟ ਉਹਨਾਂ ਨੇ ਵੱਡੇ ਬਾਦਲ ਸਾਹਿਬ ਨੂੰ ਦਿੱਤਾ। ਐਂਡ ਉਹ ਮਤਲਬ ਬਾਕੀ ਅਕਾਲੀ ਦਲ ਦੇ ਲੀਡਰਸ ਜਿਵੇਂ ਵੱਡੇ ਵਡਾਲਾ ਸਾਹਿਬ, ਜਿਨ੍ਹਾਂ ਨੇ ਅਸਲੀ ਅਕਾਲੀ ਦਲ ਦਾ ਇਨੀਸ਼ੀਏਟਿਵ ਲਿਆ ਸੀਗਾ, ਉਹਨਾਂ ਦਾ ਨਾਮ ਵੀ ਚਿੱਠੀ 'ਚ ਮੈਂਸ਼ਨ ਨਹੀਂ ਕੀਤਾ। ਫਿਰ ਬਾਦਲ ਸਾਹਿਬ ਨੂੰ ਕ੍ਰੈਡਿਟ ਦਿੱਤਾ ਵੀ ਜਾਂਦਾ ਹੈ ਤਾਂ ਜਸਤੇਜ ਸਿੰਘ ਉਹਦੇ 'ਚ ਕੋਈ ਦਿੱਕਤ ਨਹੀਂ ਹੈ। 1999 ਦੇ ਵਿੱਚ ਜਦੋਂ ਪਰਵੇਜ਼ ਮੁਸ਼ਰਫ ਹੋਰਾਂ ਨੇ ਇਸ ਗੱਲ ਦੇ ਲਈ ਹਾਮੀ ਭਰੀ ਸੀ, ਉਦੋਂ ਬਾਦਲ ਸਾਹਿਬ ਉਸੇ ਬੱਸ ਦੇ ਵਿੱਚ ਗਏ ਸੀ ਜਦੋਂ ਉਸ ਸਰਕਾਰ ਦੇ ਵੇਲੇ ਇਸ ਚੀਜ਼ 'ਤੇ ਸਹਿਮਤੀ ਕਰੀਬ ਕਰੀਬ ਬਣ ਗਈ ਸੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਲਈ। ਸੋ ਜੋ ਬਾਦਲ ਸਾਹਿਬ ਨੂੰ ਵੀ ਕ੍ਰੈਡਿਟ ਥੋੜ੍ਹਾ ਬਹੁਤ ਜਾਂਦਾ, ਮੈਂ ਕਹਿ ਰਿਹਾ ਕਿ ਸਿਰਫ ਬਾਦਲ ਸਾਹਿਬ ਨੂੰ ਦੇਣਾ ਗਲਤ ਹੈ। ਮੈਂ ਉਹੀ ਕਹਿ ਰਿਹਾ ਨਾ, ਪੋਲੀਟਿਕਸ ਕਿੱਥੇ ਹੋ ਰਹੀ ਹੈ ਕਿ ਸਿਰਫ ਬਾਦਲ ਸਾਹਿਬ ਨੂੰ ਦੇਣਾ ਉਹ ਗਲਤ ਹੈ। ਬਾਕੀ ਲੋਕਾਂ ਨੇ ਵੀ ਤਾਂ ਕੰਮ ਕੀਤਾ। 1925 ਦਾ ਅਕਾਲੀ ਦਲ, 1920 ਦਾ ਬਣਿਆ ਹੋਇਆ, ਉਸ ਤੋਂ ਬਾਅਦ ਵੱਡੇ ਵਡਾਲਾ ਸਾਹਿਬ ਦੀ ਸ਼ੁਰੂਆਤ ਕੀਤੀ ਹੋਈ ਸੀਗੀ। ਪਰ ਮੈਂ ਦੱਸ ਰਿਹਾ ਪੋਲੀਟਿਕਸ ਕਿੱਥੇ ਹੋ ਰਹੀ ਹੈ ਕਿ ਉਸ ਤੋਂ ਬਾਅਦ ਇਹਨਾਂ ਨੇ ਕ੍ਰੈਡਿਟ ਤਾਂ ਸ਼ੁਰੂ ਕੀਤਾ ਹੀ ਕੀਤਾ, ਦੂਜੇ ਪਾਸੇ ਇੱਕ ਨਵਜੋਤ ਸਿੰਘ ਸਿੱਧੂ ਨੂੰ ਨੀਵਾਂ ਦਿਖਾਉਣ ਦੀ ਰਾਜਨੀਤੀ ਅਲੱਗ ਕੀਤੀ, ਜੋ ਮੈਂ ਰਾਜਨੀਤੀ ਬਹੁਤ ਮਾੜੀ ਮੰਦੀ ਮੰਨਦਾ ਕਿ ਕਿਸੇ ਨੂੰ ਨੀਵਾਂ ਲਕੀਰ ਜੇ ਖਿੱਚਣੀ ਹੈ ਵੱਡੀ ਖਿੱਚੋ। ਨਵਜੋਤ ਸਿੰਘ ਸਿੱਧੂ ਨੇ ਲਕੀਰ ਖਿੱਚੀ, ਤੁਸੀਂ ਹਿੰਮਤ ਦਿਖਾਓ, ਤੁਸੀਂ ਉਸ ਤੋਂ ਲੰਬੀ ਲਕੀਰ ਖਿੱਚ ਕੇ ਦਿਖਾਓ। ਸਾਡੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਜੀ ਨੇ ਨਵਜੋਤ ਸਿੰਘ ਸਿੱਧੂ ਜੀ ਤੋਂ ਇੱਕ ਦਿਨ ਪਹਿਲਾਂ ਵੈਸੇ ਬਿਆਨ ਦਿੱਤਾ ਸੀਗਾ ਦਿੱਲੀ ਦੇ ਵਿੱਚ ਕਿ ਸ਼ੁਰੂਆਤ ਤਾਂ ਸਾਨੂੰ ਹੀ ਕਰਨੀ ਪੈਣੀ ਹੈ ਉੱਥੇ ਪ੍ਰਪੋਜ਼ਲ ਦੀ, ਕਿਉਂਕਿ ਸਾਡਾ ਕੰਮ ਹੈ, ਕਿਉਂਕਿ ਅਸੀਂ ਦਰਸ਼ਨ ਦੀਦਾਰ ਕਰਨੇ ਹੈ। ਪਾਕਿਸਤਾਨ ਨੇ ਨਹੀਂ ਦਰਸ਼ਨ ਦੀਦਾਰ ਕਰਨੇ ਕਿਸੇ ਇੱਥੇ ਰਿਲੀਜੀਅਸ ਸਟਰਕਚਰ ਦੇ, ਅਸੀਂ ਕਰਨੇ ਹੈ ਉੱਥੇ ਦੇ। ਐਂਡ ਫਿਰ ਉਸ ਤੋਂ ਬਾਅਦ ਹੁਣ ਅੱਜ ਬੀਜੇਪੀ ਵਿੱਚ ਉਹਨੇ ਛਾਲ ਮਾਰਤੀ ਐਸੇ ਮੁੱਦੇ ਦੇ ਵਿੱਚ। ਹੁਣ ਦੇਖੋ ਇਹ ਹਰ ਇੱਕ ਮੁੱਦੇ ਨੂੰ ਇਸ ਕਦਰ ਹੁਣ ਸਿਆਸੀ ਰੰਗ ਸ਼ੁਰੂ ਹੋ ਗਿਆ ਜਿਹਦੇ 'ਚ ਹੁਣ ਕਾਂਗਰਸ ਵੀ ਇਨਵੋਲਵ ਹੋ ਗਈ। ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰੈਸ ਕਾਨਫਰੰਸ ਕਰਤੀਆਂ ਕਿ ਮਤਲਬ ਜਿਵੇਂ 1984 ਦਾ ਸਭ ਤੋਂ ਪਹਿਲਾਂ ਮੁੱਦਾ ਸੀਗਾ, ਇੱਕ ਤਲਵਾਰ ਮਿਲੀ ਹੋਈ ਹੈ ਕਿਰਪਾਨ ਅਕਾਲੀ ਦਲ ਨੂੰ ਕਾਂਗਰਸ ਨੂੰ ਭੰਡਣ ਵਾਸਤੇ। ਬਰਗਾੜੀ ਆ ਗਿਆ, ਬਰਗਾੜੀ ਦੇ ਵਿੱਚ ਕਾਂਗਰਸ ਦੇ ਹੱਥ ਦੇ ਵਿੱਚ ਤਲਵਾਰ ਆ ਗਈ, ਸ਼੍ਰੀ ਕਰਤਾਰਪੁਰ
ਲਾਂਘੇ ਦਾ ਜਿਹੜਾ ਮੁੱਦਾ ਉਹ ਵੀ ਇੱਕ ਸਿਆਸੀ ਮੁੱਦਾ ਬਣ ਕੇ ਨਾ ਰਹਿ ਜੇ। ਤੁਸੀਂ ਕੰਮ ਕਰੋ, ਤੁਸੀਂ ਉਹ ਲਾਂਘਾ ਖੁਲਵਾਓ, ਜਿੰਨੇ ਕ੍ਰੈਡਿਟ ਲੈਣਾ ਲੈ ਲਓ। ਠੀਕ ਹੈ, ਜਿਤੇਂਦਰ ਤ੍ਰਿਪਾਠੀ ਐਕਸ ਡਿਪਲੋਮੈਟ ਨੇ, ਉਹ ਵੀ ਸਾਰੇ ਨਾਲ ਬਣੇ ਹੋਏ ਨੇ। ਤ੍ਰਿਪਾਠੀ ਜੀ, ਦੇਖੀਏ ਬੜਾ ਸਵਾਲ ਇਸਮੇ ਇਹ ਹੈ ਕਿ ਅਗਰ ਇਹ ਕੋਰੀਡੋਰ ਬਣਾਇਆ ਜਾਤਾ ਹੈ ਜਾਂ ਖੋਲ੍ਹਾ ਜਾਤਾ ਹੈ, ਤਾਂ ਸਭ ਸੇ ਪਹਿਲੇ ਜੋ ਦਿੱਕਤਾਂ ਸਮਝਣੇ ਵਾਲੀ ਹੈ, ਪ੍ਰੈਕਟੀਕਲ ਦਿੱਕਤਾਂ ਕਿਆ ਹੈ ਇਸਮੇ? देखिए इसमें अभी इस स्थिति में काफ़ी प्रैक्टिकल दिक्कतें हैं। मैं शायद कांग्रेस के रिप्रेजेंटेटिव वैद साहब ये जानते होंगे कि शशि थरूर जी की अध्यक्षता में एक संसदीय समिति बनी थी जिसने बॉर्डर का दौरा करके ये रिपोर्ट दी कि करतारपुर साहब को खुलवाने की बात करना सिक्योरिटी के साथ समझौता करना होगा। शायद वैद्य साहब जानते हो, नहीं जानते हो तो देख लीजिएगा। तो इवन कांग्रेस का मानना है, इवन सब पार्टीज का मानना है कि ये सिक्योरिटी के लिए एक परेशानी होगी, क्योंकि अगर आप बॉर्डर खोलेंगे, ये बात सही है कि पाकिस्तान का खर्चा होगा उसमें बॉर्डर खोलने में, क्योंकि सारी चीज़ लेकिन मूवमेंट जो है त्रिपाठी साहब जी, वो तो इंडिया तो पाकिस्तान दे वाल होनी है ना, पाकिस्तान तो इंडिया वाल मूवमेंट तो होनी नहीं, इसका सिक्योरिटी का कंसर्न ज्यादा पाकिस्तान दे लिए या अपने लिए? नहीं, हमारे लिए कंसर्न ये है कि इंडिया से पाकिस्तान की मूवमेंट होगी तो रिस्ट्रिक्ट हो जाएगी, लेकिन वहां पे करतारपुर साहब में सिर्फ मतलब सिखों के लिए या हिंदुओं के लिए नहीं, मुसलमानों ने भी साइन बनाई, उन्होंने मजार बनाया, और वहां आप मजार पर मुसलमानों को जाने से नहीं रोक सकते। हाँ। उसके चक्कर में कहीं अगर कोई मुसलमान वो करके कोई आतंकवादी या कोई जो आप कहते हैं सिख एक्सट्रीमिस्ट खालिस्तानी, वो अगर उधर से आ गया तो आपको 20-25 लाख लोग जितने जाएंगे उनमें ये ढूंढने में, ये सेपरेट करने में मुश्किल होगी। या तो पहले आप ऐसा कोई इंफ्रास्ट्रक्चर ऐसा कोई बना लीजिए, ऐसी कोई पुख्ता वो कर लीजिए, इंतजाम कर लीजिए ऐसा, जिससे कि आप इनको रोक सकें, तब तो ठीक है। नहीं तो फिर सीधी बात यह है कि दो ही चीज़ें की जा सकती हैं। एक तो जैसे कुछ लोग कह रहे हैं बॉर्डर स्वैपिंग का, कुछ एरिया स्वैप करने का, वो हालांकि वो मुश्किल में इसलिए वो बात आ जाएगी कि बांग्लादेश के साथ हमारे रिश्ते दूसरे हैं, बांग्लादेश के साथ करना आसान था, इनके साथ करने में मुश्किल होगी, लेकिन उसके लिए भी कोशिश की जा सकती है। और दूसरी चीज ये कि ये कोशिश की जा सकती है कि पाकिस्तान सरकार से शुरू में ये अनुरोध किया जाए कि करतारपुर साहब के लिए, प्रकाश पर्व के लिए हमें ज़्यादा से ज़्यादा वीसा दीजिए आप उनको, ताकि लाहौर से हमारे सिख श्रद्धालु भाई करतारपुर जा सके। ये शुरुआत की बात होगी, क्योंकि बॉर्डर खोलना इतनी जल्दी नहीं होगा। जैसे सिद्धू साहब भी गए और वहाँ वो कहा है, उसके बाद इन्होंने आके सिद्धू साहब ने विदेश मंत्रालय के बयान से कह दिया, वो बीबीसी के इंटरव्यू का हवाला देके, कि नहीं जी 15 दिन में बॉर्डर खुलेगा, लेकिन ऐसी कोई बात हुई नहीं, क्योंकि वहाँ विदेश मंत्रालय ने भी पाकिस्तान के, उन्होंने कर दिया कि नहीं जी अभी हमारे पास कोई ऐसा वो नहीं। प्रस्ताव ठीक है, प्रस्ताव हमारी ओर से जाना चाहिए, और इसके लिए कोई भी राजनीति नहीं होनी चाहिए, चाहे कांग्रेस हो, चाहे अकाली दल हो, चाहे बीजेपी हो, चाहे आप हो, क्रेडिट कोई भी ले जाए, क्योंकि अब सिद्धू साहब तो सिद्धू साहब 10 साल से पॉलिटिक्स में, 10 साल से ज़्यादा हो गया, कभी उन्होंने मुझे नहीं याद आता कभी इस मामले में कहा हो कुछ, लेकिन देर आए दुरुस्त आए, अगर वही कह रहे हैं या बादल साहब कह रहे हैं, जो भी कह रहा, लेकिन ये चीज़ें हमें गाड़ी को घोड़े के पहले नहीं रखना चाहिए, हमें ये देखना चाहिए पहले इसमें प्रैक्टिकल प्रॉब्लम्स क्या होंगी, इसमें दिक्कतें क्या होंगी, वो दिक्कतें दूर करके तभी हम एक कुछ पाकिस्तान से बात कर सकते हैं। अच्छा, आप लैंड स्वैपिंग की बात कर रहे हैं,
जमीन की अदला बदली की बात हो रही है जी। 2010 में भी ये बात उठी थी, कांग्रेस से ही प्रताप सिंह बाजवा ने उठाई थी। अच्छा, 1947 में हुसैनीवाला में जो शहीद भगत सिंह, राजगुरु और सुखदेव के स्मारक बने हुए हैं जी, 1947 में उनकी जमीन, उनके स्मारक जो हैं भारत में लेने के लिए लैंड स्वैप हुआ जी। 12 गांव पंजाब के फाजिलका जिले के पाकिस्तान को दिए गए और वो जमीन इधर ली गई जी। इस मामले में ये पॉसिबल है या नहीं? देखिए, इस मामले में पॉसिबल है, लेकिन एक चीज आप ये देख लीजिए कि पिछले 71 साल में स्थिति बहुत बदल चुकी। उस वक्त क्या था कि पार्टीशन हुआ ही था, लैंड स्वीपिंग की कौन कंट्री, कौन राज्य कहाँ जाएगा, कौन हिस्सा कहाँ आएगा, उसमें बात चल ही रही थी, उसमें हो गया। लेकिन अभी अगर पाकिस्तान से आप कहें तो ये बड़ा मुश्किल होगा। पहली चीज कि पाकिस्तान का रवैया उस पर क्या होगा, ये देखना होगा। दूसरी चीज, अगर पाकिस्तान का रवैया होगा तो पाकिस्तान इसके बदले में क्या और कहाँ चाहेगा, क्या चाहेगा, ये सबसे बड़ी इम्पोर्टेंट चीज हो जाती है। मेरे ख्याल से ठीक है, कच्छ के रन में अगर वो चाहता, कच्छ के रन में हाँ वो चाहे तो वो, अब अगर वो कश्मीर में चाहते हो, अजमेर, अजमेर की दरगाह, अजमेर की दरगाह तो थोड़ी दूर है खैर, लेकिन उस चीज, वो चीजें प्रैक्टिकल दिक्कतें हैं। और ये वैसे भी कॉरिडोर बनना, जहाँ भी कॉरिडोर था, आपने देखा बर्लिन कॉरिडोर बना, कितनी प्रॉब्लम हुई, प्रॉब्लम और आखिर में टूटा। तो ये बहुत प्रैक्टिकल नहीं होती है। ठीक है गुरप्रीत जी, ऐसे मुद्दे तो साइडलाइन हो गए हैं। ठीक है वैद साहब, एक मिनट में आ रहे हैं तुहाडे कोल। कुलदीप सिंह साडे नाल जुड़ चुके ने, सिख चेते। कुलदीप जी स्वागत है तुहाडा भी। की ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਹ ਜੋ ਅੜਿੱਕਾ ਪੈ ਰਿਹਾ ਜਾਂ ਦੇਰੀ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ, ਉਸਦੇ ਲਈ ਜ਼ਿੰਮੇਵਾਰ ਕੌਣ ਹੈ? ਉਹਦੇ ਲਈ ਜ਼ਿੰਮੇਵਾਰ ਭਾਰਤ ਦੀ ਸਰਕਾਰ ਆ ਜੀ। ਆਪਣੇ ਜਤਿੰਦਰ ਸਾਹਨੀ ਜੀ ਹੁਣੇ ਬੋਲ ਰਹੇ ਸੀ, ਤ੍ਰਿਪਾਠੀ ਜੀ, ਪਰ ਮੈਨੂੰ ਇਹਨਾਂ ਦੇ ਕੁਛ ਸ਼ਬਦ ਬਹੁਤ ਬੁਰੇ ਲੱਗੇ ਜੀ। ਵੀ ਉੱਥੇ ਮੁਸਲਮਾਨ ਜਾਣਗੇ ਅਤੇ ਟੈਰੋਰਿਸਟ ਆ ਸਕਦੇ ਆ, ਇਹ ਲਫ਼ਜ਼ ਗਲਤ ਆ ਇਹਨਾਂ ਦਾ, ਐ ਨਹੀਂ ਹੈਗਾ। ਦੂਜੀ ਗੱਲ, ਮੈਂ ਮਤਲਬ ਭਾਰਤ ਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਵਾਂ ਵੀ ਜੇ ਕੈਲਾਸ਼ ਮਾਨ ਸਰੋਵਰ ਲਈ ਚੀਨ ਤੋਂ ਲਾਂਘਾ ਲਿਆ ਜਾ ਸਕਦਾ, ਚੀਨ ਨੇ ਡੋਕਲਾਮ ਸਾਡਾ ਦੱਬਿਆ ਔਰ ਹੋਰ ਅਰੁਣਾਚਲ ਦੇ ਵਿੱਚ ਉਹਨੇ ਕਬਜ਼ਾ ਕੀਤਾ, ਜੇ ਚੀਨ ਦੇ ਵਿੱਚ ਜਾਣ ਦੇ ਨਾਲ ਖਤਰਾ ਪੈਦਾ ਨਹੀਂ ਹੁੰਦਾ, ਉਹਨਾਂ ਤੋਂ ਲਾਂਘਾ ਲਿਆ ਜਾ ਸਕਦਾ, ਔਰ ਚੀਨ ਜ਼ਿਆਦਾ ਵਿਕਸਿਤ ਦੇਸ਼ ਆ, ਮਾਰੂ ਹਥਿਆਰ ਆ ਉਹਦੇ ਕੋਲ, ਤਾਂ ਫਿਰ ਭਾਰਤ ਦੇ ਵਿੱਚੋਂ ਜੇ ਸਿੱਖ ਜਾਂ ਦੂਜੇ ਵੀ ਪਾਕਿਸਤਾਨ ਦੇ ਵਿੱਚ ਜਾਣਗੇ ਲਾਂਘੇ ਦੇ ਰਾਹੀਂ ਕਰਤਾਰਪੁਰ ਸਾਹਿਬ, ਅਤੇ ਉਹਦੇ ਨਾਲ ਕਿੱਦਾਂ ਖਤਰਾ ਪੈਦਾ ਹੋਜੂਗਾ? ਪਹਿਲੀ ਗੱਲ ਤਾਂ ਇਹ ਵੀ ਇੱਧਰੋਂ ਉੱਧਰ ਜਾਣਾ ਵਾ, ਨਾ ਕਿ ਉੱਧਰੋਂ ਇੱਧਰ ਬੰਦੇ ਆਉਣੇ ਆ। ਫਿਰ ਸਾਡੀ ਸੁਰੱਖਿਆ ਵਿਵਸਥਾ ਕੀ ਇੰਨੀ ਜ਼ਿਆਦਾ ਕਮਜ਼ੋਰ ਆ ਕਿ ਜਿਹੜੇ ਉੱਧਰੋਂ ਇੱਧਰ ਬੰਦੇ ਆਉਣਗੇ ਉਹਨਾਂ ਦੇ ਅੰਦਰ ਉਹ ਬੰਬ ਲਾ ਦੇਣਗੇ ਕਿ ਉਹ ਉਹਨਾਂ ਦੇ ਨਾਲ ਬੰਨ ਦੇਣਗੇ ਵੀ ਇੱਥੇ ਆਣ ਕੇ ਉਹਨਾਂ ਨੇ ਸਾਰਾ ਕੁਛ ਡਾ ਦੇਣਾ? ਤੋ ਏਡੀ ਸਾਡੀ ਕਮਜ਼ੋਰ ਵਿਵਸਥਾ ਤੇ ਨਹੀਂ ਹੈਗੀ। ਗੱਲ ਕੋਈ ਸੁਰੱਖਿਆ ਦੀ ਨਹੀਂ ਆ ਇੱਥੇ, ਗੱਲ ਕੋਈ ਹੋਰ ਨਹੀਂ ਆ, ਗੱਲ ਸਿਰਫ ਇਹ ਆ ਕਿ ਜਿਹੜੀ 71 ਸਾਲ ਤੋਂ ਸਿੱਖ ਕੌਮ ਦੀ ਮੰਗ ਆ ਉਹਨੂੰ ਆਪਾਂ ਪੂਰਾ ਨਹੀਂ ਕਰਨਾ, ਜੋ ਮਰਜ਼ੀ ਹੋ ਜੇ ਪਾਣੀ 'ਚ ਮਧਾਣੀ ਪਾ ਕੇ ਰੱਖੋ, ਜਾਂ ਤੇ ਫਿਰ ਜਿਹੜੀ ਕੈਲਾਸ਼ ਮਾਨ ਸਰੋਵਰ ਦੀ ਯਾਤਰਾ ਵਾ ਉਹਨੂੰ ਰਾਸ਼ਟਰ ਦੀ ਸੁਰੱਖਿਆ ਦੇ ਨਾਲ ਕਿਉਂ ਨਹੀਂ ਜੋੜਦੇ? ਉਹ ਸਾਨੂੰ ਪਰਵਾਹ ਨਾ, ਪਰ ਸਿੱਖਾਂ ਦਾ 4 ਕਿਲੋਮੀਟਰ ਦਾ ਜਿਹੜਾ ਏਰੀਆ ਵਾ ਉਹ ਸਾਨੂੰ ਪਰਵਾਹ ਨਹੀਂ ਹੈਗਾ। ਤੋ ਗੁਰਪ੍ਰੀਤ ਜੀ, ਗੱਲ ਨੀਅਤ ਦੀ ਆ, ਜੇ ਇੰਡੀਅਨ ਗੌਰਮੈਂਟ ਦੀ ਨੀਅਤ ਸਾਫ਼ ਹੋਵੇ ਤਾਂ ਇਹ ਲਾਂਘਾ ਜ਼ਰੂਰ ਖੁੱਲੂਗਾ, ਬਾਕੀ ਇਹ ਛੋਟੀਆਂ ਛੋਟੀਆਂ ਗੱਲਾਂ ਵਾ, ਬੰਦੇ ਉੱਧਰ ਨੂੰ, ਸਾਡੇ ਬੰਦੇ ਉੱਧਰ ਜਾਣੇ, ਨਾ ਕਿ ਉੱਧਰੋਂ ਇੱਧਰ ਹੋ ਗਏ ਆ। ਤੋ ਬੰਦੇ ਵਾਪਸ ਆਉਣਗੇ, ਪੂਰੀ ਉਹਨਾਂ ਦੀ ਤਲਾਸ਼ੀ ਹੋਊਗੀ, ਉਹਨਾਂ ਦੀ ਆਈਡੈਂਟੀ ਸਾਰੀ ਕੁਛ ਲਈ ਜਾਊਗੀ, ਐਂ ਕਿੱਦਾਂ ਹੋਊਗਾ ਵੀ ਇੱਥੇ ਆਣ ਕੇ ਸਾਰਾ ਕੁਛ ਗਲਤ ਕਰ ਦੇਣਗੇ?
ਤੋ ਨੀਅਤ ਦੀ ਗੱਲ ਹੈ, ਸਰਕਾਰ ਨੂੰ ਨੀਅਤ ਸਾਫ਼ ਕਰਨੀ ਚਾਹੀਦੀ। ਕਈ ਪ੍ਰੈਕਟੀਕਲ ਸਮੱਸਿਆਵਾਂ ਜਿਹੜੀਆਂ ਨੇ ਉਹ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਸਾਹਮਣੇ ਵੀ ਹੋਣਗੀਆਂ, ਚਾਹੇ BSF ਹੈ ਚਾਹੇ ਆਰਮੀ ਹੈ, ਉਹਦੇ ਸਾਹਮਣੇ ਵੀ ਹੋਣਗੀਆਂ। ਉਹਨਾਂ ਦੇ ਵੀ ਜਿਹੜੇ ਖਦਸ਼ੇ ਹੈ ਜਾਂ ਉਧਰੋਂ ਵੀ ਜਿਹੜੀ ਮਨਜ਼ੂਰੀ ਹੈ ਉਹ ਮਿਲਣੀ ਜ਼ਰੂਰੀ ਹੋਊਗੀ। ਅੱਜ ਦਾ ਸਵਾਲ ਜੋ ਦਰਸ਼ਕਾਂ ਤੋਂ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਲਈ ਪੰਜਾਬ ਸਰਕਾਰ ਨੂੰ ਸਰਬਦਲੀ ਬੈਠਕ ਬੁਲਾਉਣੀ ਚਾਹੀਦੀ ਹੈ? ਆਪਣੀ ਰਾਏ ਤੁਸੀਂ ਹਾਂ ਜਾਂ ਨਾਂ ਦੇ ਵਿੱਚ SMS ਦੇ ਰਾਹੀਂ ਭੇਜ ਸਕਦੇ ਹੋ ਸਾਡੇ ਤੱਕ। ਹਾਂ ਦੇ ਲਈ ZPHH/Y, ਨਾਂ ਦੇ ਲਈ ZPHH/N 57575 'ਤੇ SMS ਕਰ ਸਕਦੇ ਹੋ। ਕੁਛ ਕਾਲਰ ਇਸ ਵਕਤ ਜੁੜੇ ਹੋਏ ਨੇ, ਕੁਲਦੀਪ ਸਿੰਘ ਨੇ ਪਹਿਲੇ ਕਾਲਰ ਖੰਨਾ ਤੋਂ। ਕੁਲਦੀਪ ਜੀ ਸਵਾਗਤ ਹੈ ਤੁਹਾਡਾ ਜੀ ਪੰਜਾਬ ਪ੍ਰਣਾ ਹਿਮਾਚਲ ਤੇ। ਸਰ ਮੇਰੀ ਬੇਨਤੀ ਹੈ ਕਿ ਜਦੋਂ ਇਹ ਗੱਲ ਤੁਰੀ ਸੀਗੀ ਕਿ ਜਦੋਂ ਇਮਰਾਨ ਖਾਨ ਸਾਹਿਬ ਨੇ ਇਨਵੀਟੇਸ਼ਨ ਦਿੱਤਾ ਸੀਗਾ, ਗੱਲ ਆ ਰਹੀ ਸੀਗੀ ਜੀ ਕਪਿਲ ਦੇਵ ਵਗੈਰਾ ਤੇ ਸਿੱਧੂ ਸਾਹਿਬ ਨੂੰ, ਮੈਂ ਖੁਦ ਉਹਨਾਂ ਦੇ ਇੰਟਰਵਿਊ ਇੱਕ ਟੀਵੀ ਤੇ ਦੇਖੀ ਜੀ, ਕਪਿਲ ਦੇਵ ਜੀ ਕਹਿ ਰਹੇ ਸੀਗੇ ਕਿ ਮੈਂ ਜ਼ਰੂਰ ਜਾਊਂਗਾ ਤੇ ਜਿਹੜਾ ਹੈਗਾ ਤਾਂ ਕਿ ਗੱਲਬਾਤ ਨਾਲ ਹੀ ਗੱਲ ਅੱਗੇ ਚੱਲਦੀ ਹੈ। ਪਰ ਉਹ ਜਦੋਂ ਇਹ ਪਰੰਤੂ ਜਦੋਂ ਸੁਬਰਾਮਨਿਅਮ ਸਵਾਮੀ ਅਤੇ ਹੋਰ ਕਈ BJP ਦੇ ਨੇਤਾ ਦੇ ਪੁੱਠੇ ਸਿੱਧੇ ਬਿਆਨ ਆਏ, ਮੈਂ ਕਹਿੰਦਾ ਉਹਨਾਂ ਨੇ ਵੀ ਜਿਹੜਾ ਆਪਣਾ ਕਿਉਂਕਿ ਜਿਹੜਾ ਆਪਣਾ ਇਰਾਦਾ ਬਦਲ ਦਿੱਤਾ ਜੀ, ਕਿਉਂਕਿ ਜਿਹੜੀ ਮੁਸਲਮਾਨ ਕਿਉਂਕਿ ਜਿਹੜੀ ਅਕਾਲੀ ਦਲ ਦੀ ਜਿਹੜੀ ਪੋਲੀਟਿਕਸ ਹੈ ਸਿਰਫ 84-84 ਤੇ BJP ਦੀ ਜਿਹੜੀ ਪੋਲੀਟਿਕਸ ਹੈ ਸਿਰਫ ਮੁਸਲਮਾਨ ਪਾਕਿਸਤਾਨ ਤੇ ਖੜੀ ਹੈ ਜੀ। ਤੇ ਸਮਿਤ ਪਾਤਰਾ ਸਾਹਿਬ ਕਹਿ ਰਹੇ ਨੇ, ਕਹਿੰਦੇ ਜੀ ਪਹਿਲਾਂ ਵੀ ਕਈ ਵਾਰ ਸਾਡੀ ਮੰਗ ਹੋਈ ਹੈ ਪਰ ਕਦੇ ਵੀ ਪਾਕਿਸਤਾਨ ਨੇ ਸਾਡੀ ਮੰਗ ਨੂੰ ਇੱਜ਼ਤ ਨਹੀਂ ਦਿੱਤੀ। ਮੈਂ ਪੁੱਛਣਾ ਚਾਹਾਂਗਾ ਕਿ ਇਹਨਾਂ ਵੱਲੋਂ, ਉਹ ਤਾਂ ਚਲੋ ਬਗਾਨਾ ਮੁਲਕ ਨੇ, ਇਹ ਤਾਂ ਆਪਣੇ ਦੇਸ਼ ਦੇ ਨੇ, ਇਹਨਾਂ ਵੱਲੋਂ ਸਿੱਖਾਂ ਦੀ ਮੰਗਾਂ ਨੂੰ ਕਿੰਨੀ ਇੱਜ਼ਤ ਦਿੱਤੀ ਜਾ ਰਹੀ ਹੈ ਜੀ? ਜੇ ਆਪਾਂ ਹਰ ਕੀ ਪੌੜੀ ਦੇ ਗੁਰਦੁਆਰਾ ਦੇਖੀਏ, ਰੋਜ਼ ਬੋਲਦੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ, ਇਹਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੀ। ਗੁਰਦੁਆਰਾ ਡਾਂਗ ਮਾਰਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੀ। ਭੋਗਲ ਸਾਹਿਬ ਜਿਹੜੇ ਕਿ ਅਗਵਾਈ ਕਰ ਰਹੇ ਨੇ 84 ਦੇ, ਉਹ ਜਿਹੜੇ ਆਪਣੀ ਫੇਸਬੁੱਕ ਤੇ ਰੋਜ਼ ਲਿਖਦੇ ਨੇ ਕਿ ਅਸੀਂ ਯੋਗੀ ਸਾਹਿਬ ਨੂੰ ਇਹ ਬਿੰਤਾ ਕਰ ਕਰਕੇ ਥੱਕ ਗਏ ਕਿ ਜਿਹੜੇ 84 ਦੇ ਯੂਪੀ ਚ ਜੋ ਕਤਲੇਆਮ ਹੋਇਆ ਉਹਦੀ ਚਾਰ ਸ਼ੀਟ। ਠੀਕ ਹੈ ਕੁਲਦੀਪ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਆਪਣੀ ਰਾਏ ਰੱਖਣ ਦੇ ਲਈ। ਬਲਦੇਵ ਸਿੰਘ ਨੇ ਅਗਲੇ ਕਾਲਰ ਮਲੋੜ ਤੋਂ। ਬਲਦੇਵ ਜੀ ਸਵਾਗਤ ਹੈ ਤੁਹਾਡਾ ਵੀ, ਸੰਖੇਪ ਦੇ ਵਿੱਚ ਥੋੜੇ ਸ਼ਬਦਾਂ ਚ। ਸਤਿ ਸ੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਗੱਲ ਤੇ ਜੀ, ਇਹ ਕਿੰਨੀ ਗੰਦੀ ਸਿਆਸਤ ਹੋ ਗਈ ਜੀ। ਜੇ ਸਿੱਧੂ ਸਾਹਿਬ ਚੰਗਾ ਬੰਦਾ ਸੀ, ਉਹਨਾਂ ਨੇ ਆਪ ਆਖਿਆ ਬਾਜਵਾ ਸਾਹਿਬ ਨੇ, ਬਾਜਵਾ ਕੋਈ ਮੁਸਲਮਾਨ ਹੀ ਨਾ, ਕੋਈ ਸ਼ੀਆ ਹੈ ਨਾ, ਕੋਈ ਸੁੰਨੀ ਹੈ, ਉਹ ਇੱਕ ਸਿੱਖ ਹੈ, ਸਿੱਖ ਤੋਂ ਚੌਧਰੀ ਬਣੇ ਨੇ। ਅੱਛਾ ਉਹ ਮਰਜ਼ੀ ਉਹਨਾਂ ਦੀ ਦੇਣਾ ਜਾਂ ਨਾ ਦੇਣਾ। ਅੱਛਾ ਇਹ ਗੁਰੂ ਨਾਨਕ ਸਾਹਿਬ ਜੇ ਨਾ ਵੀ ਦੇਣਗੇ ਤੇ ਉਸ ਵਿੱਚ 15 ਵਜੇ ਚ ਨਹੀਂ ਪੈਂਦੀ ਦਾ ਵਾਸਤੇ ਵੀ ਉਹ ਕਰਤਾਰਪੁਰ ਸਾਹਿਬ ਪੂਰਾ ਹਰ ਸਿੱਖ ਦੇ ਦਿਲ ਦੇ ਵਿੱਚ ਵਸਦੇ ਮਹਾਰਾਜ। ਇਹ ਸ਼ਾਂਤ ਕਰ ਕਰਕੇ ਜਿਹੜੇ ਇੱਕ ਦੋ ਨੇ ਉਹਨਾਂ ਦਾ ਆਪਾਂ ਕਿੰਨਾ ਕੁ ਮੰਨਦੇ ਹਾਂ। ਇਹ BJP ਦੇ ਵਿੱਚ ਕਾਂਗਰਸ ਜੋ ਚਾਹੇ ਜੀ, ਤੇ BJP ਜ਼ਿਆਦਾ ਸਪਸ਼ਟ ਜਵਾਬ ਤੁਹਾਡੇ ਤੋਂ ਮੈਂ ਲੈਣਾ ਚਾਹੁੰਦਾ। ਇਸ ਕੋਰੀਡੋਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਰਾਏ ਕੀ ਹੈ? ਇਹ ਖੁੱਲਣਾ ਚਾਹੀਦਾ ਜਾਂ ਨਹੀਂ ਖੁੱਲਣਾ ਚਾਹੀਦਾ? ਜੇ ਖੁੱਲਣਾ ਚਾਹੀਦਾ ਤਾਂ ਫਿਰ ਇਹਦੇ ਤੇ ਇੱਕ ਰਸਮੀ ਪ੍ਰਸਤਾਵ ਕੇਂਦਰ ਸਰਕਾਰ ਕਿਉਂ ਨਹੀਂ ਭੇਜਦੀ? ਮੈਂ ਇਹ ਗੱਲ ਬੜੀ ਕਲੀਅਰ ਕਰਦੇ ਹਾਂ, ਇਹ ਸਵਾਲ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਇੱਕ ਪੋਲੀਟੀਕਲ ਪਾਰਟੀ ਦਾ ਨਹੀਂ, ਇਹ ਸਾਰੇ ਹਿੰਦੁਸਤਾਨੀਆਂ ਦਾ, ਸਾਰੇ ਪੰਜਾਬੀਆਂ ਦਾ ਹੈਗਾ ਕਿ ਸਾਨੂੰ ਕਰਤਾਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ। ਇਸ ਤੋਂ ਵੱਡਾ ਸੁਭਾਗਿਆ ਕਿਸੇ ਦਾ ਨਹੀਂ ਹੋ ਸਕਦਾ। ਇਸ ਬਹੁਤ ਸਾਡੀ ਸਾਰਿਆਂ ਦੀ ਇੱਛਾ ਹੈਗੀ ਹੈ। ਉਹਦਾ ਜੋ ਵੀ ਸਿਸਟਮ ਹੈਗਾ ਵੈ, ਉਹ ਇੱਕ ਪ੍ਰੋਪਰ ਸਿਸਟਮ ਦੇ ਨਾਲ ਹੀ ਹੋ ਸਕਦਾ ਵੈ। ਇਹ ਰਾਜਨੀਤੀ ਇਸ ਇਸ਼ੂ ਦੇ ਉੱਤੇ, ਬੜਾ ਦੁੱਖ ਦੀ ਗੱਲ ਹੈ ਕਿ ਇਸ ਇਸ਼ੂ ਦੇ ਉੱਤੇ ਆ ਕੇ ਰਾਜਨੀਤੀ ਹੋ ਰਹੀ ਹੈ। ਠੀਕ ਹੈ, ਜਦਕਿ ਇਹਦੇ ਵਾਸਤੇ ਪ੍ਰਯਾਸ ਅੱਗੇ ਵੀ ਹੋਏ ਹੋਣਗੇ, ਹੁਣ ਵੀ ਹੋਣਗੇ। ਭਾਰਤੀ ਜਨਤਾ ਪਾਰਟੀ ਬੜੀ ਕਲੀਅਰ ਹੈਗੀ ਹੈ ਕਿ ਸਾਡੇ ਧਾਰਮਿਕ ਸਥਾਨ ਜਿਹੜੇ ਹੈਗੇ ਨੇ, ਜਿਹਦੇ ਨਾਲ ਸਾਡੇ ਸੈਂਟੀਮੈਂਟਸ ਅਟੈਚਡ ਹੈਗੇ ਨੇ, ਅਸੀਂ ਉਹਦੇ ਦਰਸ਼ਨ ਕਰ ਸਕੀਏ, ਇਹ ਸਾਡੇ ਦੇਸ਼ ਵਾਸਤੇ, ਸਾਡੇ ਦੇਸ਼ ਵਾਸੀਆਂ ਵਾਸਤੇ ਬੜੀ ਖੁਸ਼ਕਿਸਮਤੀ ਹੋਏਗੀ।
ਮੈਂ ਬੇਨਤੀ ਕਰਾਂਗਾ ਕਿ ਕਾਂਗਰਸ ਨੂੰ ਵੀ ਔਰ ਹੋਰ ਵੀ ਜਿਹੜੇ ਲੋਕ ਨੇ ਕਿ ਇਹ 'ਚ ਆਪਾਂ ਰਾਜਨੀਤੀ ਨਾ ਕਰਕੇ ਇਸ ਦਾ ਰਸਤਾ ਕੱਢਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪ੍ਰਯਾਸ ਕਰਨਾ ਚਾਹੀਦਾ। ਜੇ ਆਪਾਂ ਵਨ ਅਪਮੈਨਸ਼ਿਪ ਦੀ ਗੇਮ 'ਚ ਪੈ ਜਾਂਗੇ ਤਾਂ ਇਹਦਾ ਕੋਈ ਸਿੱਟਾ ਨਹੀਂ ਨਿਕਲਣਾ। ਔਰ ਮੈਂ ਬੇਨਤੀ ਕਰਾਂਗਾ ਨਵਜੋਤ ਸਿੰਘ ਸਿੱਧੂ ਔਰ ਬੈਦ ਸਾਹਿਬ ਦੀ ਪਾਰਟੀ ਨੂੰ ਕਿ ਇਹਦੇ ਉੱਤੇ ਰਾਜਨੀਤੀ ਕਰਨੀ ਬੰਦ ਕਰੋ ਔਰ ਇਹਦੇ ਵਾਸਤੇ ਕੰਕਰੀਟ ਇੱਕ ਐਫਰਟ ਕਿਵੇਂ ਹੋ ਸਕਦਾ ਆਪਾਂ ਉਹਦੇ 'ਤੇ ਬੈਠ ਕੇ ਵਿਚਾਰ ਕਰੀਏ। ਔਰ ਕੇਂਦਰ ਸਰਕਾਰ ਅੱਗੇ ਪਹਿਲਾਂ ਹੀ ਕਹਿ ਰਹੀ ਹੈ ਕਿ ਅਸੀਂ ਇਸ ਦੇ ਇੱਛੁਕ ਹੈਗੇ ਹਾਂ। ਪਰ ਇਹ ਕੰਕਰੀਟ ਐਫਰਟ ਤਾਂ ਤੁਹਾਡੇ ਵੱਲੋਂ ਹੀ ਕੀਤੀ ਜਾਣੀ ਹੈ ਨਾ ਸਰ, ਜੇ ਕੇਂਦਰ। ਅੱਛਾ ਮੈਂ ਇੱਕ ਹੋਰ ਸਵਾਲ ਹੈ, ਜੇ 2019 ਤੋਂ ਪਹਿਲਾਂ ਸਰੀਨ ਸਾਹਿਬ ਕੇਂਦਰ ਸਰਕਾਰ ਇਹ ਕਦਮ ਚੁੱਕਦੀ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਸਿੱਖ ਭਾਈਚਾਰਾ ਜਾਂ ਖਾਸ ਕਰਕੇ ਪੰਜਾਬੀ ਭਾਈਚਾਰਾ ਹੈ ਉਹਦੇ ਮਨਾਂ ਦੇ ਵਿੱਚ ਇੱਕ ਸਿੰਪਥੀ ਜਾਂ ਫਿਰ ਕੇਂਦਰ ਸਰਕਾਰ ਦੇ ਲਈ ਇੱਕ ਜਿਹੜੀ ਇਨਕਲੀਨੇਸ਼ਨ ਹੈ ਉਹ ਜ਼ਰੂਰ ਪੈਦਾ ਹੋਊਗੀ? ਇੱਕ ਬੜੀ ਵੱਡੀ ਮੰਗ ਹੈ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਹੈ, ਹਨਾ, ਉਹ ਕਾਂਗਰਸ ਦੀ ਸਰਕਾਰ ਵੀ ਨਹੀਂ ਉਹਨੂੰ ਪੂਰਾ ਕਰ ਪਾਈ। ਮੈਂ ਇਹ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਇਹਨੂੰ ਰਾਜਨੀਤੀ ਦੇ ਨਾਲ ਨਾ ਜੋੜੋ ਕਿ ਵੀ ਸਿੰਪਥੀ ਮਿਲੂਗੀ 19 'ਚ ਵੋਟਾਂ ਮਿਲ ਜਾਣਗੀਆਂ। ਇਹ ਤਾਂ ਸਾਡੇ ਦਿਲਾਂ ਦਾ ਹਿੱਸਾ ਹੈ। ਹਰ ਪੰਜਾਬੀ ਦਾ, ਹਰ ਹਿੰਦੁਸਤਾਨੀ ਦਾ ਦਿਲ ਕਰਦਾ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ 17 ਸਾਲ ਬਿਤਾਏ, ਜੇ ਉਹਦੇ ਦਰਸ਼ਨ ਕਰਨ ਦਾ ਮੌਕਾ ਮਿਲ ਜਾਏ, ਇਸ ਤੋਂ ਵੱਡੀ ਖੁਸ਼ਕਿਸਮਤੀ ਇਨਸਾਨ ਦੀ ਕੀ ਹੋ ਸਕਦੀ ਹੈ? ਬਿਲਕੁਲ। ਸਿਰਫ ਇਹ ਹੈ ਕਿ ਇਹਨੂੰ ਰਾਜਨੀਤੀ ਨਹੀਂ ਬਣਾਉਣੀ ਚਾਹੀਦੀ ਜਿਹੜੀ ਕਾਂਗਰਸ ਬਣਾ ਰਹੀ ਹੈ। ਮੇਰੀ ਇੰਨੀ ਪ੍ਰਾਰਥਨਾ ਹੈਗੀ ਹੈ ਕਿ ਇਹਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਈਏ, ਆਪਾਂ ਇਹਦੇ ਵਾਸਤੇ ਪ੍ਰਯਾਸ ਕਰੀਏ। ਅੱਗੇ ਵੀ ਪ੍ਰਯਾਸ ਹੁੰਦੇ ਰਹੇ ਨੇ, ਹੁਣ ਵੀ ਹੋਣੇ ਚਾਹੀਦੇ ਨੇ। ਠੀਕ, ਬੀਜੇਪੀ ਬੜੀ ਕਲੀਅਰ ਹੈਗੀ ਹੈ, ਇਸ ਤੋਂ ਵੱਡੀ ਖੁਸ਼ਕਿਸਮਤੀ ਨਹੀਂ ਹੋਏਗੀ ਕਿ ਵੀ ਜੇ ਸਾਨੂੰ ਉੱਥੇ ਦਰਸ਼ਨ ਕਰਨ ਦਾ ਮੌਕਾ ਮਿਲ ਜਾਵੇ ਇਸ ਜੀਵਨ ਦੇ ਵਿੱਚ। ਠੀਕ ਹੈ, ਵੈਦ ਸਾਹਿਬ, ਕੀ ਭਾਰਤੀ ਜਨਤਾ ਪਾਰਟੀ? ਮੇਰੀ ਕਾਂਗਰਸ ਨੂੰ ਬੇਨਤੀ ਹੈ, ਸੈਂਟੀਮੈਂਟਸ ਨਾਲ ਖੇਡਣ ਦੀ ਬਜਾਏ ਕੰਕਰੀਟ ਐਫਰਟਸ ਕਰੀਏ। ਠੀਕ, ਇੱਦਾਂ ਦੀਆਂ ਸਟੇਟਮੈਂਟਾਂ ਦੇ ਕੇ ਵਨ ਅਪਮੈਨਸ਼ਿਪ ਦੇ ਵਿੱਚ ਨਾ ਪਈਏ। ਠੀਕ, ਰਾਜਨੀਤੀ ਨਾ ਕਰੋ ਕਾਂਗਰਸ ਵਾਲੇ, ਨਾ ਕਰੋ ਰਾਜਨੀਤੀ। ਠੀਕ ਹੈ, ਵੈਦ ਸਾਹਿਬ। ਗੁਰਪ੍ਰੀਤ ਜੀ, ਮੈਂ ਜਸ ਆਪਣੇ ਜਸਤੇਜ ਸਿੰਘ ਹੋਰਾਂ ਦੇ ਬਿਆਨ ਨੂੰ ਅਤੇ ਅਨਿਲ ਸਰੀਨ ਦੇ ਬਿਆਨ ਦੀ ਤਾਦੀਦ ਕਰਦਾ। ਇਹਨਾਂ ਨੇ ਬੜੀ ਸੋਹਣੀ ਗੱਲ ਕਹੀ ਹੈ, ਇਹਦੇ 'ਤੇ ਕਾਂਗਰਸ ਨੇ ਕੋਈ ਸਿਆਸਤ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਸਾਡੇ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ, ਉਹਨਾਂ ਨੇ ਅੱਜ ਵੀ ਗ੍ਰਹਿ ਵਿਭਾਗ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਪਾਕਿਸਤਾਨ ਗਵਰਨਮੈਂਟ ਨੂੰ ਇਨਵੀਟੇਸ਼ਨ ਭੇਜੋ, ਕਿਉਂਕਿ ਮੁਹੰਮਦ ਫੈਜ਼ਲ ਨੇ, ਪਾਕਿਸਤਾਨ ਮਿਨਿਸਟਰੀ ਆਫ ਹੋਮ ਅਫੇਅਰ ਦੇ ਸਪੋਕਸਪਰਸਨ, ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਦੇ ਆਰ ਵੇਟਿੰਗ ਫਾਰ ਦਾ ਇਨਵੀਟੇਸ਼ਨ। ਈਵਨ ਮਿਸਟਰ ਫਾਦ ਚੌਧਰੀ ਨੇ, ਜਿਹੜੇ ਮਿਨਿਸਟਰੀ ਆਫ ਇਨਫੋਰਮੇਸ਼ਨ ਦੇ, ਉਹਨਾਂ ਨੇ ਟਵੀਟ ਕੀਤਾ ਹੈ, ਵੀਡੀਓ ਇੰਟਰਵਿਊ BBC 'ਤੇ, ਕਿ ਦੇ ਵਾਂਟਡ ਫਾਰਮਲ ਇਨਵੀਟੇਸ਼ਨ ਫਰੋਮ ਇੰਡੀਆ। ਠੀਕ, ਚਾਹੀਦਾ ਤਾਂ ਇਹ ਹੈ ਕਿ ਗਵਰਨਮੈਂਟ ਨੂੰ ਜਲਦੀ ਤੋਂ ਜਲਦੀ, ਸੈਂਟਰ ਗਵਰਨਮੈਂਟ ਨੂੰ ਚਿੱਠੀ ਲਿਖਣੀ ਚਾਹੀਦੀ ਹੈ ਪਾਕਿਸਤਾਨ ਗਵਰਨਮੈਂਟ ਨੂੰ ਕਿ ਇਹ ਲਾਂਘਾ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ। ਜਿੱਥੋਂ ਤੱਕ ਸਵਾਲ ਹੈ, ਜਿੱਦਾਂ ਤ੍ਰਿਪਾਠੀ ਸਾਹਿਬ ਨੇ ਕਿਹਾ ਸੀਗਾ ਕਿ ਉੱਥੇ ਦੀਆਂ ਜਿਹੜੀਆਂ ਇੱਕ ਕੰਟਰੀ ਤੋਂ ਦੂਜੇ ਕੰਟਰੀ ਦੇ ਵਿੱਚ ਜਦੋਂ ਕੋਈ ਇਹੋ ਜਿਹਾ ਮਸਲਾ ਹੋਏਗਾ, ਉਹਦੇ ਵਿੱਚ ਕਿੰਨੀ ਕੁ ਲੋਕਾਂ ਦੀ ਜਿਹੜੀ ਜਾਣਾ ਆਉਣਾ, ਉਹਦੇ ਵਿੱਚ ਜਿਹੜੀ ਵੀ ਉਹਨਾਂ ਨੇ ਪਾਕਿਸਤਾਨ ਗਵਰਨਮੈਂਟ ਨੇ ਜਾਂ ਇੰਡੀਅਨ ਗਵਰਨਮੈਂਟ ਦੇ ਵੱਲੋਂ ਜਿਹੜੇ ਨੋਰਮਸ ਨੇ ਕਿ ਜਦੋਂ ਕੋਈ ਉੱਧਰ ਜਾਂਦੇ ਨੇ ਉਹਨਾਂ ਦੀ ਜਿਹੜੀ ਵੀ ਸਿਕਿਉਰਿਟੀ ਸਿਸਟਮ ਹੈ, ਉਹ ਤਾਂ ਪ੍ਰੋਪਰ ਵੇ ਨਾਲ ਹੋਏਗਾ। ਗੱਲ ਤਾਂ ਸਿਨਸੈਰਿਟੀ ਦੀ ਹੈ ਕਿ ਕਾਂਗਰਸ ਇਹਦੇ 'ਤੇ ਕੋਈ ਸਿਆਸਤ ਨਹੀਂ ਕਰ ਰਹੀ, ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਸਿਆਸਤ ਕੀਤੀ ਹੈ।
ਇਹ ਤਾਂ ਜਦੋਂ ਸਾਡੇ ਵੱਲੋਂ ਕਿਹਾ ਗਿਆ, ਨਵਜੋਤ ਸਿੰਘ ਸਿੱਧੂ ਵੱਲੋਂ ਦੱਸਿਆ ਗਿਆ, ਕੈਪਟਨ ਅਮਰਿੰਦਰ ਸਿੰਘ ਵੱਲੋਂ ਦੱਸਿਆ ਗਿਆ, ਚਿੱਠੀ ਲਿਖੀ ਗਈ, ਚਾਹੀਦਾ ਤਾਂ ਇਹ ਹੈ ਕਿ ਉਸ ਚਿੱਠੀ ਦਾ ਜਵਾਬ ਦੇਣ ਅਤੇ ਪਾਕਿਸਤਾਨ ਗੌਰਮੈਂਟ ਨੂੰ ਇਹ ਲਾਂਘਾ ਖੋਲ੍ਹਣ ਬਾਰੇ ਲਿਖਣ। ਮੈਂ ਜੋ ਅਨਿਲ ਸਿੰਘ ਜੀ ਨੇ ਹੁਣ ਲਫ਼ਜ਼ ਕਹੇ ਨੇ ਕਿ ਇਹ ਸਿੱਖਾਂ ਦਾ ਨਹੀਂ, ਇਹ ਸਾਰੇ ਹਿੰਦੁਸਤਾਨੀਆਂ ਦਾ ਸਾਂਝਾ ਕੌਜ਼ ਹੈ, ਚਾਹੀਦਾ ਇਹ ਹੈ ਕਿ ਇਮੀਡੀਏਟ ਹਿੰਦੁਸਤਾਨ ਦੀ ਸਰਕਾਰ ਪਾਕਿਸਤਾਨ ਨੂੰ ਇਸ ਲਾਂਘਾ ਖੋਲ੍ਹਣ ਬਾਰੇ ਲਿਖੇ। ਬਾਕੀ ਜਿੱਦਾਂ ਤ੍ਰਿਪਾਠੀ ਸਾਹਿਬ ਨੇ ਕਿਹਾ, ਐਕਸ ਡਿਪਲੋਮੈਟ ਨੇ, ਜਿਹੜੀ ਗੱਲਾਂ ਸਿਕਿਉਰਿਟੀ ਦੀਆਂ ਉਹ ਤਾਂ ਬਾਅਦ 'ਚ ਹੁੰਦੀਆਂ ਰਹਿਣਗੀਆਂ, ਉਹਦੇ ਵਾਸਤੇ ਕੋਈ ਬਹੁਤ ਵੱਡੀ ਸਾਨੂੰ ਪ੍ਰੋਬਲਮ ਨਹੀਂ ਹੋ ਸਕਦੀ। ਠੀਕ ਹੈ ਤ੍ਰਿਪਾਠੀ ਸਾਹਿਬ, ਸਿੱਧੂ ਸਾਹਿਬ ਨੇ ਇੱਕ ਚਿੱਠੀ ਲਿਖੀ ਹੈ ਮਿਸਿਸ ਸੁਸ਼ਮਾ ਸਵਰਾਜ ਜੀ ਨੂੰ। ਜੀ ਜੀ, ਸੁਸ਼ਮਾ ਸਵਰਾਜ ਜੀ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਇਹਦੇ ਵਾਸਤੇ ਉਹ ਫਾਰਮਲ ਜਿਹੜਾ ਲੈਟਰ ਆ ਉਹ ਪਾਕਿਸਤਾਨ ਗੌਰਮੈਂਟ ਨੂੰ ਲਿਖਣਗੇ। ਇਹ ਸ਼ਲਾਘਾਯੋਗ ਕਦਮ ਹੈ, ਇਹਨੂੰ ਪੋਲੀਟਿਕਸ ਵਿੱਚ ਨਹੀਂ ਲੈਣਾ ਚਾਹੀਦਾ। ਮੈਂ ਅਨਿਲ ਸਰੀਨ ਜੀ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਕਾਂਗਰਸ ਇਹਦੇ ਵਾਸਤੇ ਪੋਲੀਟਿਕਸ ਨਹੀਂ ਕਰਦੀ, ਸਾਡੀ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਭਾਈਵਾਲ ਪਾਰਟੀ ਆ, ਉਹਨੂੰ ਸਮਝਾਓ ਕਿ ਉਹ ਹਰਸਿਮਰਤ ਭੈਣ ਜੀ ਨੂੰ ਸਮਝਾਉਣ, ਸੁਖਵੀਰ ਬਾਦਲ ਜੀ ਨੂੰ ਸਮਝਾਉਣ, ਵੱਡੇ ਬਾਦਲ ਸਾਹਿਬ ਨੂੰ ਸਮਝਾਉਣ ਕਿ ਇਹਦੇ 'ਤੇ ਸਿਆਸਤ ਨਾ ਕਰੋ। ਪੰਥਕ ਜਿਹੜੇ ਮੁੱਦੇ ਹੈ ਉਹ ਸਾਰੇ ਐਕਸਪੋਜ਼ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਕੋਈ ਕ੍ਰੈਡਿਟ ਵਾਲਾ ਮਸਲਾ ਨਹੀਂ। ਇਹਨੂੰ ਸਾਰਿਆਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਨੀ ਚਾਹੀਦੀ ਆ। ਠੀਕ ਹੈ, ਪਰ ਜਤਿੰਦਰ ਤ੍ਰਿਪਾਠੀ ਜੀ, ਤ੍ਰਿਪਾਠੀ ਸਾਹਿਬ ਤੁਹਾਡੀ ਗੱਲ ਨਾਲ ਜੀ, ਮੇਰੀ ਪ੍ਰਾਰਥਨਾ ਇਹ ਹੈ ਕਿ ਰਾਜਨੀਤੀ ਕਰਨੀ ਤੁਹਾਡੀ ਪਾਰਟੀ ਵੱਲੋਂ ਸ਼ੁਰੂ ਹੋਈ, ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁਰੂ ਹੋਈ। ਇਸ ਕਰਕੇ ਮੈਂ ਤਾਂ ਹੁਣ ਵੀ ਤੁਹਾਨੂੰ ਇਹ ਕਹਿਣਾ ਹੈਗਾ ਕਿ ਇਹਨਾਂ ਕੰਮਾਂ ਦੇ ਵਿੱਚ ਜਿੱਥੇ ਸੈਂਟੀਮੈਂਟਸ ਇਨਵੋਲਵਡ ਹੋਣ ਕਦੀ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਕਈ ਵਾਰੀ ਇਹਦੀ ਦਿਸ਼ਾ ਬਦਲ ਜਾਂਦੀ ਹੈ ਔਰ ਪੰਜਾਬ ਅੱਗੇ ਬਹੁਤ ਵੱਡਾ ਸੰਤਾਪ ਭੋਗ ਚੁੱਕਾ ਵੈ। ਇਹ ਮੈਂ ਹੁਣ ਵੀ ਕਹਿ ਰਿਹਾ, ਗੁਰੂ ਨਾਨਕ ਦੇਵ ਜੀ ਸਾਹਿਬ ਇਹੋ ਜਿਹਾ ਕੋਈ ਮਸਲਾ ਨਹੀਂ, ਇਹਨੂੰ ਉਲਟੇ ਪਾਸੇ ਨਾ ਲੈ ਕੇ ਜਾਓ ਔਰ ਹਰ ਹਿੰਦੁਸਤਾਨੀ ਉਹਨਾਂ ਦੇ ਪਾਸੇ ਕਰਨਾ ਚਾਹੁੰਦਾ ਵੈ। ਇਸ ਕਰਕੇ ਦੇਖੋ, ਇਸ ਕਰਕੇ ਸਾਨੂੰ ਇਸ ਇਸ਼ੂ ਨੂੰ ਸਿਆਸਤ ਨਹੀਂ ਕੀਤੀ, ਉਹਨਾਂ ਨੇ ਤਾਂ ਆਪਣੀ ਇੱਕ ਗੱਲ ਆ ਕੇ ਨਹੀਂ ਲੈ ਕੇ ਜਾਣਾ ਚਾਹੀਦਾ, ਤਾਂ ਬੀਜੇਪੀ ਭਾਈਚਾਰੇ ਵਾਲ ਰੱਖਦੇ ਹੋਏ ਇਹਦੇ ਵਾਸਤੇ ਪ੍ਰਯਾਸ ਹੋਣਾ ਚਾਹੀਦਾ। ਆਰਮੀ ਚੀਫ ਨੂੰ ਜੱਫੀ ਪਾ ਲਈ, ਇਹਦੇ ਵਿੱਚ ਸਾਡੇ ਵੱਲੋਂ ਕਦੀ ਸਿਆਸਤ ਹੋਈ ਨਹੀਂ ਕੀਤੀ ਹੈ ਸਰੀਨ ਸਾਹਿਬ, ਨਹੀਂ ਬਿਆਨ ਤੇ ਤੁਹਾਡੇ ਆ ਰਹੇ ਨੇ, ਇਹ ਬੀਜੇਪੀ ਦੀ ਸਿਆਸਤ ਹੈ, ਬਿਆਨ ਤੇ ਤੁਹਾਡੇ ਆ ਰਹੇ ਨੇ, ਸਾਡੇ ਵੱਲੋਂ ਬਿਆਨ ਹੀ ਕੋਈ ਨਹੀਂ ਆਏ। ਠੀਕ ਸਰੀਨ ਸਾਹਿਬ, ਵੈਦ ਸਾਹਿਬ ਸਾਡੇ ਵੱਲੋਂ ਦੱਸੋ ਕਿਹੜੀ ਸਿਆਸਤ ਹੋਈ ਹੈ, ਸਿਆਸਤ ਤਾਂ ਤੁਹਾਡੇ ਵੱਲੋਂ ਹੋ ਰਹੀ ਹੈ ਕਿ ਠੀਕ ਹੈ ਸਰੀਨ, ਸਰੀਨ ਸਾਹਿਬ ਵਧੀਆ ਇਨਸਾਨ ਹੋ, ਸਹੀ ਨੂੰ ਸਹੀ। ਠੀਕ ਹੈ ਜਸਤੇਜ ਸਿੰਘ ਜੀ, ਗਲਤ ਨੂੰ ਗਲਤ। ਹਾਂਜੀ ਚਲੋ ਠੀਕ ਹੈ ਵੈਦ ਸਾਹਿਬ, ਜਸਤੇਜ ਸਿੰਘ ਤੁਹਾਡੇ ਨਾਲ ਹੀ ਬੈਠੇ ਆ। ਸਰੀਨ ਸਾਹਿਬ, ਸਰੀਨ ਸਾਹਿਬ ਕਹਿ ਰਹੇ ਆ ਲਗਾਤਾਰ ਕਿ ਪ੍ਰਯਾਸ ਹੋਣੇ ਚਾਹੀਦੇ ਹੈ, ਪਰ ਕੀ ਪ੍ਰਯਾਸ ਹੈ ਜਿਹੜੇ ਉਹ ਤਾਂ ਸੈਂਟਰ ਗੌਰਮੈਂਟ ਨੇ ਨਹੀਂ ਕਰਨਾ। ਇੱਕ ਲੈਟਰ ਸਭ ਤੋਂ ਪਹਿਲਾਂ ਭੇਜਿਆ ਤਾਂ ਜਾਵੇ, ਓਫੀਸ਼ੀਅਲੀ ਰਿਕੁਐਸਟ ਲੈਟਰ ਹੈ ਜਿਹੜਾ, ਉਸ ਤੋਂ ਬਾਅਦ ਜਿਵੇਂ ਅੱਗੇ ਪਾਕਿਸਤਾਨ ਦਾ ਫਿਰ ਜਿਵੇਂ ਦਾ ਰੁੱਖ ਆਊਗਾ ਫਿਰ ਉਹ ਪਤਾ ਵੀ ਲੱਗ ਜੂਗਾ ਕਿ ਪਾਕਿਸਤਾਨ ਸਿੰਸੀਅਰ ਹੈ ਵੀ ਜਾਂ ਨਹੀਂ ਹੈ। ਗੁਰਪ੍ਰੀਤ ਜੀ, ਦੇਖੋ ਸਰੀਨ ਸਾਹਿਬ ਦੀ ਵਰਡਿੰਗਸ ਇੱਥੇ ਬਹੁਤ ਅੱਛੀਆਂ ਨੇ, ਨੋ ਡਾਊਟ, ਇਹਦੇ 'ਚ ਕੋਈ ਦੁਰਾਏ ਨਹੀਂ ਹੈ ਕਿ ਇੱਥੇ ਇਹ ਆਪਣੀ ਇੰਟੈਂਸ਼ਨ ਸ਼ੋਅ ਕਰ ਰਹੇ ਹੈ, ਬਟ ਕੀ ਇਹਨਾਂ ਦੀ ਪਾਰਟੀ ਦੀ ਇੰਟੈਂਸ਼ਨ ਇਹਨਾਂ ਦੇ ਜਿਹੜੇ ਬੋਲ ਨੇ ਉਹਦੇ ਨਾਲ ਮੈਚ ਕਰਦੀ ਹੈ ਕਿ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਇਸ ਮਾਮਲੇ ਦੇ ਵਿੱਚ ਅੱਜ ਤੋਂ ਪਹਿਲਾਂ, ਮਤਲਬ ਕੱਲ੍ਹ ਤੱਕ, ਟਿਲ ਯੈਸਟਰਡੇ, 3 ਲੈਟਰਸ ਟੋਟਲ ਲਿਖੀਆਂ ਗਈਆਂ ਟੂ ਮਾਈ ਨੌਲੇਜ।
ਇੱਕ ਲਿਖੀ ਸੀਗੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ, ਪੰਜਾਬ ਸੀਐਮ ਨੇ, ਉਸ ਤੋਂ ਬਾਅਦ ਲਿਖੀ ਸੀਗੀ ਨਵਜੋਤ ਸਿੰਘ ਸਿੱਧੂ ਨੇ, ਐਂਡ ਤੀਜੀ ਲਿਖੀ ਗਈ ਬੀਬੀ ਬਾਦਲ ਤੋਂ। ਹੁਣ ਜਵਾਬ ਸਿਰਫ ਅੱਜ ਤੱਕ ਲਿਖਤੀ ਦੇ ਵਿੱਚ, ਟੂ ਮਾਈ ਨੌਲੇਜ, ਮੈਨੂੰ ਸਹੀ ਕਰ ਦੇਣ, ਮੈਂ ਹੋ ਸਕਦਾ ਮੈਨੂੰ ਗਲਤੀ ਹੋਈ ਹੋਵੇ, ਬਟ ਹਜੇ ਤੱਕ ਜਵਾਬ ਹੈ ਉਹ ਸਿਰਫ ਇੱਕੋ ਲੈਟਰ ਦਾ ਆਇਆ, ਉਹ ਹੈ ਬੀਬੀ ਹਰਸਿਮਰਤ ਬਾਦਲ ਜੀ ਦਾ। ਹੁਣ ਇਹ ਹੁਣ ਰਾਜਨੀਤੀ ਕੀ ਹੈ ਕਿ ਪਹਿਲਾਂ ਜਿਹੜੀਆਂ ਦੋ ਲੈਟਰਸ ਲਿਖੀਆਂ ਗਈਆਂ ਉਹਦਾ ਕੋਈ ਜਵਾਬ ਕਿਉਂ ਨਹੀਂ ਦਿੱਤਾ ਸੈਂਟਰ ਵੱਲੋਂ? ਕੋਈ ਜਵਾਬ ਨਹੀਂ ਆਇਆ। ਜਾਂ ਤਾਂ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਆਪ ਹੀ ਚਿੱਠੀ ਲੈ ਕੇ ਪਹੁੰਚ ਗਿਆ ਤੇ ਸੁਸ਼ਮਾ ਸਵਰਾਜ ਜੀ ਤੋਂ, ਕਿਉਂਕਿ ਇੱਥੇ ਪੀਸੀ ਕਰਨੀ ਸੀਗੀ, ਕੋਈ ਕ੍ਰੈਡਿਟ ਵਾਰ ਸ਼ੁਰੂ ਕਰਨੀ ਸੀਗੀ, ਇੱਕ ਹੋਂਦ ਸ਼ੁਰੂ ਕਰਨੀ ਸੀਗੀ, ਤੇ ਹੋ ਸਕਦਾ ਕਿ ਅਕਾਲੀ ਦਲ ਆਪ ਹੀ ਜਾ ਕੇ ਪਿੱਛੇ ਪੈ ਗਿਆ ਹੋਵੇ ਕਿ ਸਾਨੂੰ ਹੁਣੇ ਦੋ ਜੀ, ਸਾਨੂੰ ਹੁਣੇ ਦੋ, ਅਸੀਂ ਤੁਹਾਡੇ ਭਾਈਵਾਲ ਹਾਂ, ਤੇ ਉੱਥੋਂ ਲੈਟਰ ਆ ਗਏ ਲਿਖ ਕੇ ਇੱਥੇ ਆ ਕੇ ਪੀਸੀ ਕਰਤੀ। ਜੇ ਮੈਂ ਗਲਤ ਹਾਂ ਤਾਂ ਮੈਨੂੰ ਸਹੀ ਕਰ ਦੇਣ ਸਰੀਨ ਸਾਹਿਬ, ਪਰ ਜਿੱਥੇ ਮਤਲਬ ਇੱਕ ਮੈਨੂੰ ਤ੍ਰਿਪਾਠੀ ਸਾਹਿਬ, ਵਿਦ ਡਿਊ ਰਿਸਪੈਕਟ ਟੂ ਯੂ, ਤੁਸੀਂ ਜਿਵੇਂ ਮੁਸਲਮਾਨ ਭਾਈਚਾਰੇ ਨੂੰ ਇੱਕ ਅਲੱਗ ਤੋਂ ਕਰਕੇ ਇੱਕ ਟਾਰਗੇਟ ਜਿਹਾ ਕੀਤਾ, ਉਹ ਵੀ ਇੱਕ ਆਪਦੇ ਆਪ 'ਚ ਇੱਕ ਮੰਦਭਾਗੀ ਗੱਲ ਹੈ ਤ੍ਰਿਪਾਠੀ ਸਾਹਿਬ, ਕਿ ਉੱਥੋਂ ਕੋਈ ਵੀ ਮੁਸਲਮਾਨ ਚੜ ਜਾਏਗਾ ਇੱਥੇ ਆ ਜਾਏਗਾ। ਮੇਰੇ ਖਿਆਲ ਤੋਂ ਤੁਸੀਂ ਇੱਕ ਡਿਪਲੋਮੈਟ ਰਹੇ ਹੋ ਜਾਂ ਤੁਸੀਂ ਬਿਊਰੋਕਰੈਟ ਰਹੇ ਹੋ, ਠੀਕ ਹੈ, ਕੋਈ ਨਹੀਂ, ਹਾਂਜੀ 4 ਕਿਲੋਮੀਟਰ ਦਾ ਰਾਹ ਹੈਗਾ, ਐਂਡ ਉੱਥੇ ਵੀਡੀਓ ਕੈਮਰਾਸ ਵੀ ਲੱਗਣੇ ਆ, ਉੱਥੇ ਜਦੋਂ ਪੈਸੇ 'ਚ ਮਿਲਣਾ ਤਾਂ ਉਹਦੀ ਫੀਸ ਵੀ ਇੰਡੀਅਨਸ ਦੇਣਗੇ, ਭਾਰਤੀ ਦੇਣਗੇ, ਐਂਡ ਉਹ ਕੋਈ ਗਰੇਜ਼ ਨਹੀਂ ਹੈ, ਜੇ ਉਹਦੀ 1500 2000 2500 ਵੀ ਫੀਸ ਰੱਖ ਦੇਣਗੇ ਪਰ ਬੰਦਾ ਨਾ, ਅਤੇ ਪੰਜਾਬ ਦਾ ਅਤੇ ਦੇਸ਼ ਦਾ ਬੰਦਾ ਬੜੇ ਆਰਾਮ ਨਾਲ ਖੁਸ਼ ਹੋ ਕੇ ਦੇਗਾ, ਜਿਹਦੇ ਨਾਲ ਪਾਕਿਸਤਾਨ ਦਾ ਵੀ ਖਰਚਾ ਨਿਕਲ ਜਾਏਗਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਐਂਡ ਕਿਤੇ ਪਾਕਿਸਤਾਨ ਕੋਰੀਡੋਰ ਹੈ, ਉਹ ਸਾਰਾ ਜੰਗਲਾਂ ਲੱਗਣਾ ਜਾਂ ਉਸ, ਠੀਕ ਹੈ ਕਿਤੇ ਪਾਕਿਸਤਾਨ ਰੈਵਨਿਊ ਜਨਰੇਸ਼ਨ ਦਾ ਮਾਡਲ ਹੀ ਤਾਂ ਨਹੀਂ ਬਣਾ ਰਿਹਾ ਤ੍ਰਿਪਾਠੀ ਸਾਹਿਬ? ਨਹੀਂ ਦੇਖੀਏ, ਪਹਿਲੇ ਤੋਂ ਮੈਂ ਜਸਤੇਜ ਸਿੰਘ ਜੀ ਕੀ ਬਾਤ ਦਾ ਜਵਾਬ ਜਸਤੇਜ ਜੀ ਕਲੈਰੀਫਾਈ ਕਰਨਾ ਚਾਹੂੰਗਾ, ਜੋ ਉਹਨਾਂ ਨੇ ਕਿਹਾ ਮੁਸਲਿਮ ਭਾਈਚਾਰੇ ਕੀ ਬਾਤ ਕਰਤੇ ਹੋ, ਕੋਈ ਮੁਸਲਿਮ ਵਹਾਂ ਸੇ ਆ ਜਾਏਗਾ, ਮੇਰਾ ਕਹਿਣੇ ਕਾ ਮਤਲਬ ਇਹ ਨਹੀਂ ਕੋਈ ਮੁਸਲਿਮ ਵਹਾਂ ਸੇ ਆ ਜਾਏਗਾ, ਕੋਈ ਆਤੰਕਵਾਦੀ ਆ ਜਾਏਗਾ, ਉਹ ਵੇਸ਼ ਬਦਲ ਕੇ ਆ ਜਾਏਗਾ। ਮੈਂ ਆਪਕੀ ਬਾਤ ਸਹੀ ਕਾ ਸਮਰਥਨ ਕਰਤਾ ਹੂੰ ਕਿ ਠੀਕ ਹੈ, ਇਸਕੇ ਲਈ ਸਿਕਿਉਰਿਟੀ ਹਮਾਰੀ ਪੂਰੀ ਪੁਖਤਾ ਹੋਣੀ ਚਾਹੀਏ, ਔਰ ਉਸ ਸਿਕਿਉਰਿਟੀ ਕੇ ਪੁਖਤਾ ਕੀਏ ਬਿਨਾ ਹਮੇਂ ਯੇ ਨਹੀਂ ਸ਼ੁਰੂ ਕਰਨਾ ਚਾਹੀਏ। ਮੈਂ ਇਸ ਬਾਤ ਕਾ ਵੀ ਪੂਰੀ ਤਰ੍ਹਾਂ ਸਮਰਥਨ ਕਰਤਾ ਹੂੰ ਕਿਸੀ ਪੈਨਲ ਪਾਰਟੀ ਸਾਹਿਬ, ਇਹ ਸਾਰੀਆਂ ਸੈਕੰਡਰੀ ਗੱਲਾਂ ਨੇ, ਪਹਿਲਾ ਮੁੱਦਾ ਤਾਂ ਆਪਣਾ ਸੈਂਟਰ ਸਰਕਾਰ ਨੂੰ ਚਿੱਠੀ ਲਿਖਣਾ ਹੈ। ਸੁਣੀਏ ਜੋ ਮੈਂ ਕਹਿ ਰਿਹਾ ਉਸੀ ਪਿਆ ਰਹਾ ਹੂੰ। ਪਹਿਲੀ ਚੀਜ਼ ਇਹ ਹੋਣੀ ਚਾਹੀਏ ਕਿ ਸੈਂਟਰਲ ਗਵਰਨਮੈਂਟ ਕੋ ਸਰਵਦਲੀ ਬੈਠਕ ਬਣਾਉਣੀ ਚਾਹੀਏ, ਉਸਮੇ ਕਿ ਕਿਆ ਕਿਆ ਬਰਾਡ ਪੈਰਾਮੀਟਰਸ ਉਸਮੇ ਐਗਰੀ ਕਰ ਜਾਏ, ਉਸਕੇ ਬਾਅਦ ਇੱਕ ਚਿੱਠੀ ਲਿਖੀ ਜਾਏ, ਔਰ ਉਸ ਚਿੱਠੀ ਉਧਰ ਚਿੱਠੀ ਲਿਖੀ ਜਾਏ, ਇਧਰ ਪੈਰਲਲੀ ਹਮ ਸਿਕਿਉਰਿਟੀ ਇੰਤਜ਼ਾਮਾਤ ਕੇ ਬਾਰੇ ਮੇਂ ਸੋਚਤੇ ਰਹੇ, ਵਿਚਾਰ ਕਰਤੇ ਰਹੇ ਕਿ ਕਿਆ ਕਿਆ ਕੈਸੇ ਕਰੇਂਗੇ ਅਗਰ ਯੇ ਪਾਕਿਸਤਾਨ ਮਾਨਤਾ ਹੈ ਤੋ ਯੇ ਚੀਜ਼ੇ ਕੀਏ ਬਿਨਾ ਕੋਈ ਚਾਰਾ ਨਹੀਂ ਹੈ, ਇਹ ਚੀਜ਼ ਕਰਨੀ ਹੋਗੀ, ਲੇਕਿਨ ਪਹਿਲੇ ਵਹੀ ਠੀਕ ਹੈ ਕਿ ਸਾਰੇ ਦਲੋਂ ਸੇ ਮਿਲ ਕੇ ਬਤਾ ਦੇ। ਅਭੀ ਜੈਸੇ ਮੈਨੇ ਕਿਹਾ ਕਿ ਕੁਝ ਦੇਰ ਪਹਿਲੇ ਕਿ ਸ਼ਸ਼ੀ ਥਰੂਰ ਕੀ ਅਧਿਕਸ਼ਤਾ ਮੇਂ ਇੱਕ ਪਾਰਲੀਮੈਂਟਰੀ ਕਮੇਟੀ ਨੇ ਇਸ ਬਾਤ ਕਾ ਵੋ ਕੀਆ ਥਾ, ਵਿਚਾਰ ਕੀਆ ਥਾ, ਔਰ ਯੇ ਕਿਹਾ ਥਾ ਕਿ ਯੇ ਸਿਕਿਉਰਿਟੀ ਕੀ ਇਸੇ ਸਿਕਿਉਰਿਟੀ ਬਾਰਡਰ ਹੈ। ਠੀਕ ਹੈ, ਕੁਲਦੀਪ ਸਿੰਘ ਕੁਝ ਕਹਿਣਾ ਚਾਹ ਰਹੇ ਸੀ ਜੀ, ਕੁਲਦੀਪ, ਫਿਰ ਉਸ ਤੋਂ ਬਾਅਦ ਵਾਈਂਡ ਅਪ ਕਰਨਾ। ਗੁਰਪ੍ਰੀਤ ਜੀ, ਅਸਲ ਦੇ ਵਿੱਚ ਗੱਲ ਇਹ ਹੈਗੀ ਆ ਕਿ ਜੋ ਸ਼੍ਰੀ ਕਰਤਾਰਪੁਰ ਸਾਹਿਬ ਆ ਉਹ ਸਾਡਾ ਸਿੱਖਾਂ ਦਾ ਬਹੁਤ ਇਤਿਹਾਸਿਕ ਔਰ ਸਾਡਾ ਵਿਰਾਸਤੀ ਅਸਥਾਨ ਆ, ਸਭ ਦੇ ਲਈ ਇਹ ਲੰਮੀ ਮੰਗ ਆ 71 ਸਾਲ ਤੋਂ,
ਔਰ ਵੇਖੋ ਇਸ ਮੰਗ ਨੂੰ ਤੇ ਅਕਾਲੀ ਦਲ ਵੀ ਉਠਾਉਂਦਾ ਰਿਹਾ। ਅੱਜ ਬੜੀ ਇਹ ਸ਼ਰਮ ਵਾਲੀ ਗੱਲ ਸੀ ਕਿ ਜਿਨ੍ਹਾਂ ਕਾਰਨਾਂ ਕਰਕੇ ਅੱਜ ਸਿੱਖਾਂ ਨੂੰ ਇਹ ਲੱਗਣ ਲੱਗ ਪਿਆ ਕਿ ਇਹ ਹੁਣ ਸਿੱਖਾਂ ਦੀ ਪਾਰਟੀ ਨਹੀਂ ਰਹੀ, ਇਹ ਆਪਣੇ ਲਫ਼ਜ਼ਾਂ ਨੂੰ ਕਾਬੂ ਨਾ ਰੱਖ ਕੇ ਫਿਰ ਉਹੀ ਗੁਰੂ ਬਾਣੀ ਦੇ ਵਿੱਚ ਇੱਕ ਬਚਨ ਆ ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ। ਤੋ ਸ਼ਾਇਦ ਇਹਨਾਂ ਦੀ ਚੰਗਿਆਈ ਸ਼ਾਇਦ ਲੱਗਦਾ ਰੱਬ ਨੇ ਖੋਲੀ ਆ ਕਿ ਜਦੋਂ ਇਹ ਲੋੜ ਹੈਗੀ ਸੀ ਕਿ ਜਦੋਂ ਲਾਂਘੇ ਦੀ ਗੱਲ ਚੱਲ ਰਹੀ ਆ ਉਹ ਭਾਵੇਂ ਨਵਜੋਤ ਸਿੱਧੂ ਕਰੇ ਜਾਂ ਕੋਈ ਦੂਜਾ ਬੰਦਾ ਕਰੇ, ਉਸ ਵੇਲੇ ਆਪਾਂ ਇਹਦਾ ਸਵਾਗਤ ਕਰੀਏ ਔਰ ਕਿਤੇ ਨਾ ਕਿਤੇ ਕੋਸ਼ਿਸ਼ ਕਰੀਏ ਵੀ ਇਹ ਲਾਂਘਾ ਖੁੱਲ ਜੇ ਤਾਂ ਕਿ ਸਾਡੀ ਜਿਹੜੀ ਭਾਈਚਾਰਕ ਦਰਾੜ ਉੱਧਰ ਨਾਲ ਪਈ ਆ ਉਹ ਇੱਕ ਹੋ ਜੇ। ਤੋ ਪਰ ਫਿਰ ਵੀ ਆਪਾਂ ਉਹਨੂੰ ਜੇ ਦੂਰ ਕਰਨ ਦੀ ਬਜਾਏ ਸਿਆਸਤ, ਵੇਖੋ ਸਿਆਸਤ ਸਾਰੀਆਂ ਪਾਰਟੀਆਂ ਕਰ ਰਹੀਆਂ ਵਾ, ਮੈਂ ਤਾਂ ਇੱਕ ਨਿਊਟਰਲ ਬੰਦਾ ਤੁਹਾਨੂੰ ਕਹਿ ਦਿੰਦਾ, ਮੈਂ ਕਾਂਗਰਸ ਪਾਰਟੀ ਵਾਲਿਆਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਮੰਨ ਲਓ ਜੇ 2019 'ਚ ਤੁਹਾਡੀ ਸਰਕਾਰ ਆ ਗਈ ਤੇ ਕੀ ਤੁਸੀਂ ਲਾਂਘਾ ਖੋਲੋਗੇ? ਦਾਅਵਾ ਕਰਦੇ ਹੋ ਪਿੱਛੇ ਵੀ ਤੁਹਾਡੀ ਸਰਕਾਰ ਰਹੀ ਆ, ਪਰ ਮੈਨੂੰ ਇਹ ਲੱਗਦਾ ਵਾ ਵੀ ਸਾਰੀਆਂ ਪਾਰਟੀਆਂ ਜਿਹੜੀਆਂ ਇੱਥੇ ਇੱਕੋ ਜਿਹੀਆਂ ਆਈਆਂ, ਸਿਰਫ ਗੱਲ ਤੇ ਭਾਵਨਾਵਾਂ ਨੂੰ ਕੈਸ਼ ਕਰਨ ਦੀ ਹੋ ਰਹੀ ਆ, ਇੱਥੇ ਗੱਲਾਂ ਹੋ ਰਹੀਆਂ ਜੀ ਰਾਜਨੀਤੀ ਨਹੀਂ, ਸਾਰੀ ਰਾਜਨੀਤੀ ਹੋ ਰਹੀ ਆ। ਪਰ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਦੋਹਰਾ ਮਾਪਦੰਡ ਨਾ ਬਣਾਓ। ਜੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਖੁੱਲੀ ਜਾ ਸਕਦੀ ਆ, ਲਾਂਘਾ ਮਿਲ ਸਕਦਾ, ਸਾਖ ਸੰਮੇਲਨ ਹੋਣ ਜਾ ਰਿਹਾ, ਲਾਂਘਾ ਜ਼ਰੂਰ ਦਿਓ। ਠੀਕ ਹੈ, ਸਾਖ ਸੰਮੇਲਨ ਹੋਣ ਜਾ ਰਿਹਾ ਕਿ ਸਾਖ ਸਮਿਟ ਦੇ ਵਿੱਚ ਇਸ ਮੁੱਦੇ ਤੇ ਪਾਰਟਿਕੂਲਰ ਇਸ ਮੁੱਦੇ ਦੇ ਵਿਚਾਰ ਹੋ ਸਕਦਾ? मुझे नहीं लगता कि सार्क सम्मेलन में इसका विचार होगा, क्योंकि सार्क सम्मेलन में और भी कई मुद्दे होंगे। मुझे लगता है इसके लिए अलग से पाकिस्तान के साथ विचार, भारत ते पाकिस्तान दी सार्क तो अलग, हाँ एक अलग विचार करना चाहिए, बायलैटरल मीटिंग होनी चाहिए, सार्क सम्मेलन का इंतजार किए बिना उसके पहले ही इसके विचार के लिए कोशिश करनी चाहिए। ठीक है, सार्क सम्मेलन भी नेक्स्ट बस ड्यू ही है, हाँ उसमें आप उठा सकते हैं बायलैटरल। और मैं एक चीज ये यहाँ कहना चाहूंगा जाते जाते कि ये मुद्दा 90s से है तेज, लेकिन 90s से सेंटर में भी कई सरकारें आईं, पंजाब में भी कई सरकारें आईं, किसी सरकार ने इस तरह का कोई वो नहीं, कोई कंक्रीट कदम नहीं उठाया जिसपे ये जिससे कि और आगे प्रगति की जा सके। सारी सारी पार्टियां इसके लिए दोषी हैं, भले ही आप लोग आज राजनीति की रोटियां सेक रहे हों। आप पार्टी भी 3 साल से है पाकिस्तान पंजाब में, 3 या 4 साल में, तब तक उन्होंने नहीं उठाया, ऑपोजिशन सारी पार्टी इसकी दोषी है। मैं पॉलिटिकल नहीं हूँ सॉरी, लेकिन आप पार्टी रूलिंग पार्टी नहीं है पार्टी साहब। चलो सब दा बहुत बहुत शुक्रिया जी, हुन वक्त इजाजत नहीं दे रहे, इथे वाइंड अप करना पड़ेगा। ठीक है जसदेव सिंह जी, सब दा बहुत बहुत शुक्रिया। अज दा सवाल जो दर्शकों तुसी उस दे जवाब दा टाइम है, सवाल असीं पुछिया सी कि करतारपुर साहब दे लांघे दे लई ਪੰਜਾਬ ਸਰਕਾਰ ਨੂੰ ਸਰਬਦਲੀ ਬੈਠਕ ਬੁਲਾਉਣੀ ਚਾਹੀਦੀ ਹੈ, ਇਹ ਅੱਜ ਦਾ ਸਵਾਲ ਸੀ। ਜਵਾਬ ਜੋ ਦਰਸ਼ਕਾਂ ਦੀ ਰਾਏ ਸਾਨੂੰ SMS ਦੇ ਰਾਹੀਂ ਮਿਲੀ ਹੈ, ਉਸ ਦੇ ਮੁਤਾਬਕ 99% ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਮਾਮਲੇ 'ਤੇ ਸਰਬਦਲੀ ਬੈਠਕ ਬੁਲਾਉਣੀ ਚਾਹੀਦੀ ਹੈ।